ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ। ਇਸ ਮੰਚ ਦੇ ਉੱਤੇ ਕਈ ਸਾਰੇ ਮਸਲਿਆਂ ਦੀ ਗੱਲ ਹੁੰਦੀ ਹੈ, ਭਾਵੇਂ ਉਹ ਮਸਲੇ ਭਖਦੇ ਹੋਣ ਜਾਂ ਫਿਰ ਮਸਲੇ ਇੰਟਰਨੈਸ਼ਨਲ ਆਵਾਜ਼ ਬਣੇ ਹੋਣ, ਲੇਕਿਨ ਸਭ ਤੋਂ ਅਹਿਮ ਵਿਸ਼ਾ ਜਦ ਹੁੰਦਾ ਜਿਸ ਦਿਨ ਦਾ, ਉਹ ਇਸ ਮੰਚ ਦੇ ਉੱਤੇ ਜ਼ਰੂਰ ਆਉਂਦਾ ਔਰ ਉਸ ਦੇ ਉੱਤੇ ਗੱਲ ਵੀ ਹੁੰਦੀ ਹੈ। COVID-19 ਦੀ ਸਿਚੁਏਸ਼ਨ ਨੂੰ ਲੈ ਕੇ, ਪੈਂਡਮਿਕ ਦੀ ਸਿਚੁਏਸ਼ਨ ਨੂੰ ਲੈ ਕੇ ਕਈ ਸਾਰੀਆਂ ਕਿਆਸ ਰਹੀਆਂ ਜਿਹੜੀਆਂ ਲਗਭਗ 5 ਮਹੀਨੇ ਪੂਰੇ ਹੋ ਚੁੱਕੇ ਹਨ, ਹਜੇ ਤੱਕ ਕੋਈ ਵੀ ਤਸਵੀਰ ਜਿਹੜੀ ਹੈ ਉਹ ਸਾਫ਼ ਨਹੀਂ ਹੋ ਰਹੀ। ਨਾ ਸਿਰਫ ਮੈਂ ਇੱਥੇ ਅਮੈਰੀਕਾ ਦੀ ਗੱਲ ਕਰੂੰਗਾ, ਵਿਸ਼ਵ ਦੇ ਵਿੱਚ ਹਰ ਕੰਟਰੀ ਦੇ ਕੋਲ ਇਸ ਪੈਂਡਮਿਕ ਸਿਚੁਏਸ਼ਨ ਦਾ ਕੋਈ ਜਵਾਬ ਨਹੀਂ ਹੈ। ਪਰ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦ ਵੈਕਸੀਨੇਸ਼ਨ ਆਉਂਦੀ ਹੈ ਤਾਂ ਫਿਰ ਸਰਕਾਰਾਂ ਦੇ ਕੋਲ ਜਵਾਬ ਹੋ ਸਕਦਾ ਔਰ ਸਰਕਾਰਾਂ ਸੋਚਣ ਦੇ ਵਿੱਚ ਵੀ ਮਜਬੂਰ ਹੋਣਗੀਆਂ ਕਿ ਅਸੀਂ ਆਪਣੀ ਕੰਟਰੀ ਦੀ ਇਕੋਨਮੀ ਨੂੰ ਹੁਣ ਕਿਵੇਂ ਅੱਗੇ ਲੈ ਕੇ ਜਾਈਏ, ਕਿਉਂਕਿ ਹਰ ਕੰਟਰੀ ਇਸ ਮਹਾਮਾਰੀ ਦੇ ਨਾਲ ਜੰਗ ਲੜ ਰਹੀ ਹੈ। ਖੈਰ, ਜਸ ਪੰਜਾਬੀ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ COVID-19 ਦੀ ਸਿਚੁਏਸ਼ਨ ਦੇ ਮੁਤਲਕ ਜੋ ਵੀ ਫੈਸਲੇ ਸਰਕਾਰ ਲੈਂਦੀ ਹੈ ਨੌਰਥ ਅਮੈਰੀਕਾ ਦੇ ਵਿੱਚ, ਅਸੀਂ ਉਹ ਤੁਹਾਡੇ ਕੋਲ ਜ਼ਰੂਰ ਪਹੁੰਚਾਉਂਦੇ ਹਾਂ। ਸਮੇਂ ਸਿਰ ਰਹਿੰਦੇ ਉਹਨਾਂ ਸਾਰੇ ਫੈਸਲਿਆਂ ਨੂੰ ਅਸੀਂ ਪਹੁੰਚਾਉਂਦੇ ਵੀ ਰਹਾਂਗੇ। ਖੈਰ, ਇਸ ਮੰਚ ਦੀ ਸ਼ੁਰੂਆਤ ਇਸ ਕਰਕੇ ਕੀਤੀ ਗਈ ਹੈ ਤਾਂ ਕਿ ਅਸੀਂ ਰਾਜਨੀਤਿਕ ਮਸਲਿਆਂ ਦੇ ਉੱਤੇ ਵੀ ਨਜ਼ਰ ਪਾ ਸਕੀਏ ਕਿ ਆਖਿਰਕਾਰ ਰਾਜਨੀਤੀ ਕੀ ਕਹਿ ਰਹੀ ਹੈ। ਜਦ ਮੈਂ ਰਾਜਨੀਤੀ ਬੋਲਦਾ ਤਾਂ ਰਾਜ ਉਹੀ ਕਰਦਾ ਜਿਹੜਾ ਨੀਤੀ ਬਣਾਉਂਦਾ, ਔਰ ਜਦ ਨੀਤੀ ਬਣਾਉਂਦਾ ਯਾਨੀ ਕਿ ਪੋਲਿਸੀਜ਼ ਬਣਾਉਂਦਾ, ਪਲਾਨ ਬਣਾਉਂਦਾ, ਤਾਂ ਫਿਰ ਉਹ ਰਾਜ ਕਰਨ ਦੇ ਵਿੱਚ ਵੀ ਕਾਮਯਾਬ ਹੋ ਜਾਂਦਾ। ਕਿਸ ਤਰੀਕੇ ਦੀ ਰਾਜਨੀਤੀ ਇਸ ਟਾਈਮ ਪੰਜਾਬ ਦੇ ਵਿੱਚ ਹੋ ਰਹੀ ਹੈ, ਕਿਸ ਤਰੀਕੇ ਦੀ ਰਾਜਨੀਤੀ ਇਸ ਟਾਈਮ ਭਾਰਤ ਦੇ ਵਿੱਚ ਹੋ ਰਹੀ ਹੈ, ਅੱਜ ਅਸੀਂ ਇਸ ਬਾਰੇ ਚਾਨਣਾ ਪਾਵਾਂਗੇ। ਔਰ ਜਦ ਮੈਂ ਅਸੀਂ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦਾ, ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦਾ, 2017 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ 117 ਕੌਂਸਟੀਟੂਐਂਸੀਜ਼, 117 ਹਲਕਿਆਂ ਦੇ ਵਿੱਚ ਜਦ ਚੋਣਾਂ ਪੈਂਦੀਆਂ, ਲੋਕ ਆਪਣੇ ਮਤਾਂ ਦਾ ਇਸਤੇਮਾਲ ਕਰਦੇ ਹਨ, ਤਾਂ ਰਿਜ਼ਲਟ ਸਾਡੇ ਸਾਹਮਣੇ ਕਾਂਗਰਸ ਦੇ ਕੋਲ 77 ਸੀਟਸ, 70 ਸੀਟਾਂ ਪਹੁੰਚਦੀਆਂ ਹਨ, ਅਤੇ ਉੱਥੇ ਲਗਭਗ ਸ਼੍ਰੋਮਣੀ ਅਕਾਲੀ ਦਲ ਤੀਜੇ ਸਥਾਨ 'ਤੇ ਜਾਂਦਾ ਅਤੇ ਆਮ ਆਦਮੀ ਪਾਰਟੀ 20 ਸੀਟਾਂ ਲੈ ਕੇ ਵਿਰੋਧੀ ਧਿਰ ਬਣਦੀ ਹੈ। ਆਮ ਆਦਮੀ ਪਾਰਟੀ ਪਹਿਲੀ ਵਾਰ ਪੰਜਾਬ ਦੀ ਸਿਆਸਤ ਦੇ ਵਿੱਚ ਵਿਰੋਧੀ ਧਿਰ ਬਣੀ। ਕਈ ਸਾਰੇ ਮਸਲੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਓਪੋਜੀਸ਼ਨ ਦੇ ਲੀਡਰ 'ਤੇ ਕੰਮ ਕਰ ਚੁੱਕੇ ਸੁਖਪਾਲ ਖਹਿਰਾ, ਗੁਰਪ੍ਰੀਤ ਸਿੰਘ ਘੁੱਗੀ, ਹੁਣ ਹਾਲ ਫਿਲਹਾਲ ਦੇ ਵਿੱਚ ਚੀਮਾ ਸਾਹਿਬ ਜਿਹੜੇ ਨੇ ਵਿਧਾਨ ਸਭਾ ਦੇ ਵਿੱਚ ਮਸਲਿਆਂ ਨੂੰ ਚੱਕ ਰਹੇ ਨੇ, ਪਰ ਆਮ ਆਦਮੀ ਪਾਰਟੀ ਦੇ ਝਾੜੂ ਨੂੰ ਵੀ ਅਸੀਂ ਤੀਲਾ ਤੀਲਾ ਹੁੰਦੇ ਵੇਖਿਆ। ਪਰ ਭਗਵੰਤ ਮਾਨ ਹੁਣ ਇਹ ਕਹਿ ਰਹੇ ਨੇ ਕਿ ਹੁਣ ਸਭ ਕੁਝ ਕੰਟਰੋਲ ਦੇ ਵਿੱਚ ਹੈ, ਐਂਡ ਆਉਣ ਵਾਲੇ ਸਮੇਂ ਦੇ ਵਿੱਚ 2022 ਦੀ ਚੋਣਾਂ ਦੇ ਵਿੱਚ ਵੀ ਅਸੀਂ ਸਰਕਾਰ ਬਣਾਵਾਂਗੇ। 117 ਸੀਟਾਂ ਦੇ ਉੱਤੇ ਵੋਟਾਂ ਹੋਣਗੀਆਂ ਤਾਂ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਬਣਾਵਾਂਗੇ। ਪਰ ਆਮ ਆਦਮੀ ਪਾਰਟੀ ਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਕੇਂਦਰ ਦੇ ਵਿੱਚ ਜਿਹੜੀ ਪਾਰਟੀ ਹੈ, ਜਿਹੜੀ ਸਰਕਾਰ ਹੈ, ਉਹਦੀ ਨਜ਼ਰ ਵੀ ਪੰਜਾਬ ਦੇ ਉੱਤੇ ਤਾਂ ਹੈ ਨਾ। ਉਹਨਾਂ ਦਾ ਵੀ ਕੋਈ ਨਾ ਕੋਈ ਪਲਾਨ ਹੋਏਗਾ, ਉਹਨਾਂ ਨੇ ਵੀ ਕੋਈ ਨਾ ਕੋਈ ਰੋਡ ਮੈਪ ਤਿਆਰ ਕੀਤਾ ਹੋਣਾ, ਕਿਉਂਕਿ ਕਿਆਸ ਰਹੀਆਂ ਇਹ ਲਗਾਈਆਂ ਜਾ ਰਹੀਆਂ ਹਨ, ਸਿਆਸੀ ਪੰਡਿਤ ਇਹ ਕਹਿ ਰਹੇ ਹਨ ਕਿ ਹੋ ਸਕਦਾ ਕਿ 2022 ਦੀ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ BJP ਦੀ ਜਿਹੜੀ ਭਾਈਵਾਲ ਹੈ ਉਹ ਟੁੱਟ ਸਕਦੀ ਹੈ। ਨਾਲੇ ਇੱਕ ਖਬਰ ਹੋਰ ਵੀ ਸਾਹਮਣੇ ਆ ਰਹੀ ਹੈ ਕਿ ਜੇਕਰ ਭਾਈਵਾਲ ਟੁੱਟਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ 117 ਸੀਟਾਂ ਦੇ ਉੱਤੇ ਚੋਣਾਂ ਲੜਦਾ, ਅਤੇ ਉੱਥੇ ਹੀ BJP ਜਿਹੜੀ ਹੈ 117 ਸੀਟਾਂ ਦੇ ਉੱਤੇ ਚੋਣਾਂ ਲੜ ਸਕਦੀ ਹੈ। ਪਰ ਹੁਣ ਸਮੀਕਰਨ ਜਿਹੜੇ ਨੇ ਉਹ ਬਦਲ ਗਏ ਨੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੋਂ ਹੁਣ ਅਸੀਂ ਉਮੀਦ ਇਹ ਲਗਾ ਸਕਦੇ ਹਾਂ ਕਿ ਜੇਕਰ ਉਹ 117 ਸੀਟਾਂ ਦੇ ਉੱਤੇ ਚੋਣਾਂ ਲੜਦੀ ਹੈ ਤਾਂ ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ, ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਦੇ
हालात पंजाब दे विच की ने, पर एक श्रोमणी अकाली दल होर भी बन चुकी है जिहदी अगवाई सुखदेव सिंह ढींडसा कर रहे ने। क्यास रहियां हन कि 2022 दी चोणां दे विच सुखदेव सिंह ढींडसा अते बीजेपी यानी कि न्यूली जनरेटेड श्रोमणी अकाली दल वर्सिज बीजेपी भाईवाल बना के चोणां लड़ सकदियां हन। खबरां यह भी सियासी माहिरां वल्लों कीती जा रही है कि बीजेपी वल्लों केंद्र सरकार वल्लों पंजाब नूं हो सकदा है कि केंद्र प्रशासित सूबा भी करार किया जा सकता है। आने वाले समय के यदि भी तैयारी चल रही है, यदि भी साजिश कितने ना कितने बैकएंड चल रही है। यह खबर कितनी सच हैं यदि भी जानकारी लवेंगे, जानकारी यह भी लवेंगे। पंजाब के पानिया का जोड़ा मुद्दा है, लंबे समय तो चंडीगढ़ की कचहरिया के जोड़ा आ दलील सुनने मिलती हैं, वो पंजाब के पानिया का मुद्दा भी एक वड्डी साजिश के तौर पर केंद्र सरकार के जिहड़े सीनियर लीडर ने उन्हां दे विचकार कुछ ना कुछ जिहड़ी दाल है वह गल रही है। हुण दाल किवें गल रही है वह भी असीं अज जाणांगे। हो सकदा कि जिहड़े पंजाब दा पाणी है, पंजाब दा जिहड़ा हक है, वह दूजे सूबिआं नूं दे दित्ता जावे। अहम विशा पंजाब दा जिहड़ा अज तक नहीं सुलझिआ, चंडीगढ़ नूं लैके लंबे समय तो जंग जारी सीगी। चंडीगढ़ का मसला भी विच ही पिया, जिवें चंडीगढ़ अज भी हरियाणा और पंजाब दे विच खड़ा कि वाकई केंद्र सरकार पंजाब नूं यूनियन टेरिटरी बनाउण दा प्लान कर रही है। अगर कर रही है तो इहदे पिछे की सोच हो सकती है? श्रोमणी अकाली दल दे नाल भाईवाल प्रकाश सिंह बादल होरां दा जद तक है, क्या सराइयां इह वी हन कि नहीं टुट सकदा, जद तक वड्डे बादल साहब जींदे ने यह भाईवाल नहीं टुट सकता। पर मैं तुहानूं कहा सी राजनीति की नीतियां बनाईयां जा रही हैं अमित शाह अते प्रधानमंत्री मोदी वल्लों, 2022 दे विच यह भी क्या सराइयां लाइया जा रही हैं कि पहला नवजोत सिंह सिद्धू जाके कई सारी रैलियां दे उते प्रधानमंत्री मोदी का मजाक उड़ाते हुए नज़र आए, लेकिन अज उन्हां दी ही पत्नी नवजोत कौर प्रधानमंत्री मोदी नूं चिट्ठी लिखते हैं किसानी के मुद्दे के उत्ते, जिहड़ा ऑर्डिनेंस बिल बकायदा केंद्र सरकार वालों पास किया गया सीगा पंजाब दे विच, जो कि किसान की रीढ़ की हड्डी नूं भी तोड़दा है। किसान की रीढ़ की हड्डी इस ऑर्डिनेंस के नाल बिल्कुल लोक मारू नीतियां जिहड़ी हैगी है, किसानों ने कहा कि साढ़े हक दे विच नहीं है। जिहड़ा देश जिहड़ा कंट्री जिन्हों भारत असीं कहने आ, जो कि पंजाब की किसानी दे उत्ते ही जिंदा है, अज उही ऑर्डिनेंस पास करके पंजाब की किसानी का भी घाण जिहड़ा वो किया जा रहा। नवजोत कौर सिद्धू इस मुतलक प्रधानमंत्री मोदी नूं चिट्ठी लिखते हैं और चिट्ठी लिखनी भी चाहिए है, पर चिट्ठी लिखण दे पिछे की हो सकता है राज? की हुण सॉफ्ट कॉर्नर हो गया है नवजोत सिंह सिद्धू का, नवजोत कौर होरां दा बीजेपी के प्रति? श्वेत मलिक जिहड़े अमृतसर तो ने बीजेपी लीडर ने अमृतसर तो, वो कभी भी हुण नवजोत सिंह सिद्धू दे अगेंस्ट कोई भी बयान देंदे हुए नज़र नहीं आउंदे। क्या सराइयां यह भी हैं कि 2022 दी चोणां दे विच नवजोत सिंह सिद्धू बीजेपी ज्वाइन कर सकते हैं, क्योंकि बीजेपी नूं चाहिए सिख चेहरा और नवजोत सिंह सिद्धू दे विच वो काबिलियत है जो कि बीजेपी ढूंढ रही है, और पंजाब दे विच सीएम ओही होंदा जिहड़ा सिख होंदा। अज साडा मुद्दा यही रहेगा। मेरे नाल जिहड़े गैसट मौजूद ने, मैं उन्हां नाल तुहानूं तारुफ करा देवां, उन्हां नाल भी असीं विचार करांगे। मेरे नाल सरबजीत सिंह भंडेर मौजूद ने जो कि सीनियर जर्नलिस्ट ने, वो साढ़े नाल अज इस प्रोग्राम दे विच जुड़नगे। इस मंच के उत्ते मैं उन्हां दा स्वागत करदा। कवलजीत सिंह सोनी ने जो कि बीजेपी ओवरसीज़ दे सिख अते पंजाब इशूज़ दे बुलारे हन, उन्हां दा भी मैं इस मंच के उत्ते स्वागत करदा। सब तो पहला मैं शुरुआत करना चाहवांगा सरबजीत सिंह भंडेर होरां तों, और जानने की कोशिश करांगा कि उन्हां दे एक्सपीरियंस इस खबर दे उत्ते की कहिंदा। भंडेर साहब तुहाडा स्वागत है। हेलो अभिजीत साहब, ਤੁਹਾਡਾ ਤੇ ਜਸ ਪੰਜਾਬੀ ਟੀਵੀ ਦੇ ਸਾਰੇ ਦਰਸ਼ਕਾਂ ਦਾ, ਸੋਨੀ ਸਾਹਿਬ ਨੂੰ ਮੇਰੀ ਬਹੁਤ ਨਿੱਘੀ ਸਤਿ ਸ਼੍ਰੀ ਅਕਾਲ ਹੈ ਜੀ।
ਬੜੇ ਤੁਸੀਂ ਵਾਈਡ ਸਪੈਕਟ੍ਰਮ ਜਿਹੜਾ ਇਸ਼ੂਜ਼ ਦਾ ਛੇੜਿਆ ਇਹਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਸਮਾਜ ਹੋਊਗਾ ਇੰਨਾ ਸਾਰਾ ਕੁਝ। ਚਲੋ ਆਪਾਂ ਕੋਸ਼ਿਸ਼ ਕਰਦੇ ਹਾਂ। ਪਹਿਲੀ ਤਾਂ ਗੱਲ ਜਿਹੜੀ ਬੀਜੇਪੀ ਦੀ, ਤੁਸੀਂ ਮੈਂ ਤੁਹਾਡੇ ਹੀ ਮੰਚ ਤੋਂ ਪਹਿਲੀ ਵਾਰੀ ਸੁਣ ਰਿਹਾ ਕਿ ਪੰਜਾਬ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਘੋਸ਼ਿਤ ਕੀਤਾ ਜਾਊਗਾ। ਇਹ ਮੈਂ ਤੁਹਾਡੇ ਹੀ ਮੰਚ ਤੋਂ ਪਹਿਲੀ ਵਾਰੀ ਸੁਣ ਰਿਹਾ। ਮੈਨੂੰ ਇੱਥੇ ਜਿਹੜਾ ਮੇਨ ਸਟ੍ਰੀਮ ਮੀਡੀਆ ਜਾਂ ਸੋਸ਼ਲ ਮੀਡੀਆ ਦੇ ਵਿੱਚ ਇਹ ਗੱਲ ਕਿਤੇ ਨਜ਼ਰ ਨਹੀਂ ਆਈ। ਔਰ ਦੂਸਰੀ ਗੱਲ ਇਹਦੀ, ਕੋਈ ਇਸ ਵੇਲੇ ਜਿਹੜੀ ਲੋੜ ਵੀ ਨਹੀਂ ਹੈ, ਕਿਉਂਕਿ ਪੰਜਾਬ ਸਾਰੇ ਦੇਸ਼ 'ਚ ਸਭ ਤੋਂ ਇਸ ਵੇਲੇ ਸ਼ਾਂਤ ਸੂਬਿਆਂ ਦੇ ਵਿੱਚੋਂ ਇੱਕ ਸੂਬਾ ਹੈ। ਔਰ ਇਹਦੇ ਵਿੱਚ ਬੀਜੇਪੀ ਨੂੰ ਇਹਦੇ 'ਚੋਂ ਲਾਭ ਕੋਈ ਨਹੀਂ ਨਜ਼ਰ ਆਉਂਦਾ। ਲੋਕੀ ਇਸ ਗੱਲ ਦੀ ਤਾਂ ਕਹਿ ਸਕਦੇ ਆ ਕਿ ਕਸ਼ਮੀਰ ਦੇ ਵਿੱਚ ਉਹਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਉਹਨਾਂ ਨੇ ਬਣਾਇਆ ਜਾਂ ਉਹਦੇ ਟੁਕੜੇ ਕੀਤੇ ਦੋ, ਉਹ ਇਸ ਲਈ ਗੱਲ ਹੋ ਸਕਦੀ ਹੈ ਕਿਉਂਕਿ ਬੀਜੇਪੀ ਦੀ ਜਿਹੜੀ ਏਜੰਡਾ ਸੀ, ਬਹੁਤ ਦੇਰ ਤੋਂ ਪਾਲਿਸੀ ਸੀ ਧਾਰਾ 370 ਨੂੰ ਹਟਾਉਣ ਦਾ, ਉਹ ਏਜੰਡਾ ਬੜੀ ਦੇਰ ਤੋਂ ਚੱਲ ਰਿਹਾ ਸੀ। ਔਰ ਉਸ ਨੂੰ ਹਟਾਉਣ ਵਾਸਤੇ ਕੋਈ ਨਾ ਕੋਈ, ਜਿਸ ਤਰ੍ਹਾਂ ਤੁਸੀਂ ਕਿਹਾ, ਰਾਜਨੀਤੀ ਜਾਂ ਰਣਨੀਤੀ ਕੋਈ ਨਾ ਕੋਈ ਬਣਾਈ ਗਈ ਹੋਣੀ ਹੈ, ਉਹਦੇ ਵਿੱਚ ਉਹ ਫਿੱਟ ਹੋ ਗਿਆ। ਪੰਜਾਬ ਦੇ ਵਿੱਚ ਐਸੀ ਇਸ ਵੇਲੇ ਨਾ ਤਾਂ ਕੋਈ ਪੋਲੀਟੀਕਲ ਅਨਸਰਟੇਨਿਟੀ ਹੈ, ਪੰਜਾਬ ਦੇ ਵਿੱਚ ਨਾ ਕੋਈ ਡਿਮਾਂਡ ਹੈ ਕਿਸੇ ਲੈਵਲ ਤੇ, ਨਾ ਹੀ ਕੋਈ ਕਿਸੇ ਲੈਵਲ ਤੇ ਕਨਫਰੰਟੇਸ਼ਨ ਤੁਹਾਨੂੰ ਪੋਲੀਟੀਕਲ ਨਜ਼ਰ ਆਉਂਦੀ ਹੈ। ਸੋ ਇਸ ਲਈ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਘੋਸ਼ਿਤ ਕਰਨਾ ਥੋੜਾ ਜਿਹਾ ਮੈਨੂੰ ਆਊਟ ਆਫ ਪਲੇਸ ਲੱਗਦਾ। ਤੇ ਦੂਸਰੇ ਪਾਸੇ ਜਿਹੜੀ ਗੱਲ ਇਹ ਹੋ ਰਹੀ ਹੈ ਕਿ ਬੀਜੇਪੀ ਖੁਦ ਇੱਥੇ ਇੰਡੀਪੈਂਡੈਂਟਲੀ ਸਰਕਾਰ ਚਲਾਉਣਾ ਚਾਹੁੰਦੀ ਹੈ, ਔਰ ਫਿਰ ਇਹਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਘੋਸ਼ਿਤ ਕਰਨ ਦੇ ਨਾਲ ਉਸ ਏਜੰਡੇ ਨੂੰ ਬਹੁਤ ਬੁਰੀ ਤਰ੍ਹਾਂ ਢਾਹ ਲੱਗੇਗੀ, ਔਰ ਮੇਰੇ ਹਿਸਾਬ ਦੇ ਨਾਲ ਬੀਜੇਪੀ ਦਾ ਇੱਕ ਪੋਲੀਟੀਕਲ ਸੁਸਾਈਡ ਹੋਏਗਾ ਅਗਰ ਉਹ ਇਹਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਘੋਸ਼ਿਤ ਕਰਦੇ ਆ। ਅਮਿਤ ਸ਼ਾਹ ਔਰ ਨਰਿੰਦਰ ਮੋਦੀ ਬਹੁਤ ਹੀ ਪੋਲੀਟੀਕਲੀ ਤੇਜ਼ ਤਰਾਰ ਦਿਮਾਗ ਨੇ, ਔਰ ਮੇਰੇ ਹਿਸਾਬ ਦੇ ਨਾਲ ਇਹੋ ਜਿਹੀ ਗਲਤੀ ਨਹੀਂ ਕਰਨਗੇ। ਰਹੀ ਪਾਣੀਆਂ ਦੇ ਮੁੱਦੇ ਦੀ ਗੱਲ, ਤੁਸੀਂ ਬਿਲਕੁਲ ਠੀਕ ਬਜਾ ਫਰਮਾਇਆ। ਆਲਮੋਸਟ ਹੁਣ 4 ਦਹਾਕੇ ਹੋ ਚੁੱਕੇ ਨੇ ਇਸ ਰੇੜਕੇ ਨੂੰ ਫਸੇ ਹੋਏ ਨੂੰ। ਚੰਡੀਗੜ੍ਹ ਦੇ ਜਿਹੜਾ ਹੈਗਾ ਉਹਦੀ ਵੀ ਗੱਲ ਹੈਗੀ ਆ। ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਵੱਲੋਂ ਇੱਕ ਬਿਆਨ ਸੀਗਾ ਜਿਹੜਾ ਮੈਨੂੰ ਕਾਫੀ, ਉਹਨੇ ਮੇਰੀ ਧਿਆਨ ਮੇਰਾ ਉਹਦੇ ਤੇ ਕੇਂਦਰਿਤ ਕੀਤਾ। ਉਹ ਇਹ ਸੀ ਕਿ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਦਰਿਆਵਾਂ ਦੇ ਵਿੱਚ ਕਿੰਨਾ ਪਾਣੀ ਹੁਣ ਇਸ ਵੇਲੇ ਵਗ ਰਿਹਾ, ਉਹਦੀ ਵੀ ਨਾਪ ਕਰਨ ਦੀ ਲੋੜ ਹੈ, ਕਿਉਂਕਿ ਜਿਹੜਾ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਸੀ ਉਹਦੇ ਤਹਿਤ ਇਰਾਦੀ ਕਮਿਸ਼ਨ ਜਿਹੜਾ ਸੀ, ਟ੍ਰਿਬਿਊਨਲ ਬਣਾਇਆ ਗਿਆ ਸੀ ਜਿਹਨੂੰ ਐਡਜੂਡੀਕੇਸ਼ਨ ਆਫ ਰਿਵਰ ਵਾਟਰ ਦਾ ਜਿਹੜਾ ਕੰਮ ਸੀ, ਉਹ ਕਮਿਸ਼ਨ ਦਾ ਕੰਮ ਹਾਲੇ ਤੱਕ ਪੂਰਾ ਨਹੀਂ ਹੋਇਆ, ਉਹਦੀ ਫਾਈਨਲ ਰਿਪੋਰਟ ਹਾਲੇ ਤੱਕ ਸਾਨੂੰ ਨਹੀਂ ਮਿਲੀ। ਸੋ ਉਹਦਾ ਵੀ ਇੱਕ ਹਿੱਸਾ ਸੀ ਕਿ ਦਰਿਆਵਾਂ ਦੇ ਵਿੱਚ ਪਾਣੀ ਹੈ ਕਿੰਨਾ। ਸੋ ਔਰ ਆਲੂਵਾਲੀਆ ਸਾਹਿਬ, ਜਿਹੜੀ ਸਭ ਤੋਂ ਅਹਿਮ ਗੱਲ ਆ ਉਹ ਇਹ ਆ ਕਿ ਹੁਣ ਪੰਜਾਬ ਦੀ ਕਿਸਾਨੀ ਜਾਂ ਪੰਜਾਬ ਦੀ ਇਕੋਨਮੀ ਵਾਸਤੇ ਕਿੰਨਾ ਪਾਣੀ ਉਹਨਾਂ ਦੇ ਦਰਿਆਵਾਂ ਦੇ ਵਿੱਚ ਹੈ, ਜਾਂ ਕਿੰਨਾ ਸਾਨੂੰ ਪਾਣੀ ਮਿਲਦਾ, ਜਾਂ ਕਿੰਨੇ ਰਿਸੋਰਸਿਸ ਨੇ ਸਾਡੇ ਕੋਲੇ, ਉਹਨਾਂ ਦੀ ਅਹਿਮੀਅਤ ਖਤਮ ਹੋ ਗਈ ਆ। ਕਿਉਂਕਿ ਜਿੰਨਾ ਕੁ ਵੀ ਪਾਣੀ ਮਿਲਦਾ, ਜਿਹੜੀ ਉਹਦੇ ਨਾਲ ਪੈਦਾਵਾਰ ਹੋ ਰਹੀ ਹੈ, ਜਿਸ ਤਰ੍ਹਾਂ ਤੁਸੀਂ ਫਰਮਾਇਆ ਕਿ ਜੀ ਜਿਹੜੀ ਕਿਸਾਨ ਮਾਰੂ ਨੀਤੀਆਂ ਚੱਲ ਰਹੀਆਂ ਨੇ, ਉਹਦੇ ਵਿੱਚ ਕਿਸਾਨ ਨੂੰ ਆਪਣੀ ਜਿਹੜੀ ਪ੍ਰੋਡਿਊਸ ਆ ਉਹਦੀ ਮੰਡੀਕਰਨ ਜਾਂ ਮਾਰਕੀਟਿੰਗ ਕਰਨ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਖੜੀ ਉਹ ਹੋ ਰਹੀ ਹੈ। ਸੋ ਪ੍ਰੋਬਲਮ ਹੁਣ ਇਸ ਵੇਲੇ ਰਿਸੋਰਸਿਸ ਦੀ ਨਹੀਂ ਹੈ, ਮਾਰਕੀਟ ਦੀ ਹੈ। ਔਰ ਦੁਨੀਆ ਦਾ ਵੀ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਵੀ ਜਿਹੜਾ ਮਾਹੌਲ ਹੈ ਉਹ ਮਾਰਕੀਟਿੰਗ ਦਾ ਮਾਹੌਲ ਹੈ, ਉਹ ਰਿਸੋਰਸਿਸ ਦੀ ਐਡਜੂਡੀਕੇਸ਼ਨ ਦੀ ਮਾਹੌਲ। ਹੁਣ ਅੱਜ ਕੱਲ੍ਹ ਜਿਹੜੀ ਆਪਾਂ ਪੁਰਾਣੀ ਗੱਲ ਕਰਦੇ ਹਾਂ, ਈਸਟ ਇੰਡੀਆ ਕੰਪਨੀ ਨੇ ਜਦੋਂ ਗਲੋਬਲਾਈਜੇਸ਼ਨ ਕੀਤੀ ਉਦੋਂ ਉਹਨਾਂ ਨੇ ਰਿਸੋਰਸਿਸ ਤੇ ਕਬਜ਼ਾ ਕੀਤਾ। ਜਿਹੜੀ ਅੱਜ ਕੱਲ੍ਹ ਜਿਹੜਾ ਗਲੋਬਲਾਈਜੇਸ਼ਨ ਦਾ ਜਿਹੜਾ ਫਾਰਮੂਲਾ ਹੈ ਉਹ ਮਾਰਕੀਟ ਦਾ ਹੈ, ਵੀ ਅਸੀਂ ਮੰਡੀ ਦੇ ਉੱਤੇ ਕਿਸ ਤਰ੍ਹਾਂ ਕਬਜ਼ਾ ਕਰਨਾ, ਜਾਂ ਮੰਡੀ ਨੂੰ ਐਕਸੈਸ ਸਾਡਾ ਕਿੰਨਾ ਹੋਣਾ ਚਾਹੀਦਾ। ਸੋ ਉਹ ਜਿਹੜਾ ਟੋਟਲ ਜਿਹੜਾ ਇੱਕ ਜਿਹੜੇ ਬੇਸਿਸ ਹੈ ਉਹਦੇ ਵਿੱਚ ਬਹੁਤ ਵੱਡੀ ਫਰਕ ਹੈ। ਠੀਕ ਹੈ, ਸੋ ਉਹਦੇ ਵਿੱਚ ਵੀ ਉਹ ਇਸ ਮੌਜੂਦਾ ਜਿਹੜੀ ਪੋਲੀਟੀਕਲ ਸਿਨੈਰੀਓ ਦੇ ਵਿੱਚ ਫਿੱਟ ਨਹੀਂ ਹੁੰਦਾ। ਠੀਕ ਹੈ, ਸੋ ਬੇਸਿਕਲੀ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਆਰਡੀਨੈਂਸ ਨਹੀਂ ਆਉਂਦਾ, ਜਿਹੜਾ ਜਿੱਥੇ ਤੁਸੀਂ ਗੱਲ ਕਹੀ, ਮੈਂ ਸੋਨੀ ਸਾਹਿਬ ਦੇ ਕੋਲ ਵੀ ਜਾਵਾਂਗਾ। ਕਈ ਸਾਰੇ ਸਵਾਲ ਮੇਰੇ ਸੋਨੀ ਸਾਹਿਬ ਤੋਂ ਹੋਣਗੇ ਅੱਜ ਔਰ ਆਉਣ ਵਾਲੇ ਸਮੇਂ ਦੇ ਵਿੱਚ। 2022 ਦੀਆਂ ਜਿਹੜੀ ਚੋਣਾਂ ਪੰਜਾਬ ਦੇ ਵਿੱਚ ਹੋਣਗੀਆਂ, ਉਹਨਾਂ ਦੇ ਵਿੱਚ ਬੀਜੇਪੀ ਦਾ ਕੱਦ ਕੀ ਹੋਊਗਾ ਇੱਕ ਵੱਡਾ ਸਵਾਲ ਬਣਦਾ, ਔਰ ਬੀਜੇਪੀ ਦੀ ਰਣਨੀਤੀ ਕੀ ਹੋਊਗੀ ਵੱਡਾ ਸਵਾਲ ਬਣਦਾ। ਮਤਰੇਈ ਮਾਂ ਵਰਗਾ ਸਲੂਕ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰਸ ਨੇ ਉਹ ਕਹਿੰਦੇ ਨੇ ਕਿ ਬੀਜੇਪੀ ਕਰ ਰਹੀ ਹੈ, ਉੱਥੇ ਬੀਜੇਪੀ ਕਹਿੰਦੀ ਹੈ ਕਿ ਇਹ ਸਲੂਕ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਜਾ ਰਿਹਾ।
सो जिहड़ी गल प्रकाश सिंह बादल होरां ने कही सीगी कि साडा रिश्ता हसबेंड वाइफ वर्गा है, तो अज हसबेंड वाइफ दे विच मतभेद क्यों हो गए, क्यों अज डिवोर्स लैण की जिहड़ी प्रोसैस है वह शुरू हो गया, इस दे उत्ते गल करांगे। सोनीत आप तो सवाल लवांगा, यही रहेगा अज दा मुद्दा। मिलते हैं ब्रेक तो बाद। ब्रेक तो बाद स्वागत है। गल इत्थे पंजाब दी आउण वालियां विधानसभा चोणां दी हो रही है, मुख्यमंत्री दा चेहरा कौन होएगा, बीजेपी दी रणनीति पंजाब नूं लैके की होवेगी, इस दे उत्ते विचार किया जा रहा है। मेरे नाल जिहड़े गैस मौजूद ने उन्हां नाल मैं तुहानूं तारुफ कराया सी, हुण मैं कवलजीत सिंह सोनी होरां तों जाणन दी कोशिश करदा। सोनी साहब, सब तो पहलां तुहाडा स्वागत है, तो मैं यही जानना चाहवांगा की होया तुहाडा श्रोमणी अकाली दल दे नाल, और क्या सराइयां हन कि तुहाडा मतभेद हो गया कोई श्रोमणी अकाली दल नाल, हो सकदा कि टुट सकदी है तुहाडी भाईवाल? जस पंजाबी दे सारे दर्शकों नूं, तुहानूं वालिया साहब, पनेर साहब, मेरी तरफों गुरु फतेह साहब नूं, तुसीं जिहड़े अज मुद्दे चुके आ वालिया साहब, इतने ज़्यादा है, असीं कोशिश करांगे कि सारे मुद्दे एक एक आइटम लैके कर सकीए। पर जिहड़ा रिश्ता बीजेपी ते अकाली दल दा है, उन्हें चीज़ां ते शुरू तों चलदियां आ रहियां, पर तुसीं इह देखो वी जिहड़ा तुसीं वी आप वी कहा कि बीजेपी दी जिहड़ी इह गल है कि वड्डे बादल साहब होंदे आ असीं रिश्ता नहीं तोड़ना, एक दोस्ती समझ लो या पुराने आपस दे विच जेलां कटियां ने या जो भी है, पर इह मैं भी मानना कि इह चीज़ उह नहीं करन लगे। पर 1922 दी इलैक्शन वास्ते इज टू अर्ली, क्योंकि उस तो पहला कई चीज़ां हुण जिहड़ियां डिवेलप हो रहियां, हुण जिहड़ियां डिवेलप हो रहियां कि श्रोमणी अकाली दल दा हकदार कौन है, और उसका शुरुआत जिहड़ी है ਉਹ ਹਰਿਆਣਾ SGPC ਜਿਹੜੀਆਂ ਚੋਣਾਂ ਉੱਥੋਂ ਸ਼ੁਰੂ ਹੋ ਗਈ ਹੈ, ਔਰ ਇਸ ਤੋਂ ਪਤਾ ਲੱਗੇਗਾ ਕਿ ਹੁਣ ਅੱਗੇ ਜਾ ਕੇ, ਕਿਉਂਕਿ ਉਹ ਕਹਿੰਦੇ ਆ ਕਿ ਜਿਹੜਾ SGPC ਦੇ ਜਿਹਦਾ ਹੱਕ ਹੈ ਉਹੀ ਸ਼੍ਰੋਮਣੀ ਅਕਾਲੀ ਦਲ ਦਾ ਹੱਕਦਾਰ ਹੈ। ਅਕਾਲੀ ਦਲ ਤੇ ਕਈ ਹੋ ਸਕਦੇ, ਫਿਰ ਕਹਿਣ ਦਾ ਭਾਵ ਹੈ ਕਿ ਬੀਜੇਪੀ ਦੀ ਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਗੁਰਦੁਆਰਿਆਂ ਦੇ ਉੱਤੇ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਹਸਪਤਾਲ, ਸਕੂਲ ਜਾਂ ਫਿਰ ਗੁਰੂ ਘਰ ਦੀ ਗੋਲਕ ਦੇ ਉੱਤੇ ਹੈ? ਨਾ, ਮੈਂ ਬਿਲਕੁਲ ਇਹ ਚੀਜ਼ ਨਹੀਂ ਮੰਨਦਾ, ਔਰ ਨਾ ਹੀ ਇਹ ਚੀਜ਼ ਹੈ। ਹਾਂ, ਇੱਕ ਚੀਜ਼ ਜ਼ਰੂਰ ਹੈ, ਇਹ ਚੀਜ਼ ਸਾਨੂੰ ਕਹਿਣੀ ਵੀ ਪਏਗੀ ਕਿ ਇਹ ਜਿਹੜਾ ਉਹਨਾਂ ਦਾ ਹੱਕ ਹੈ ਕਿ ਇਲੈਕਸ਼ਨ ਕਦ ਹੋਣਗੇ, ਇਹ BJP ਦਾ ਹੱਕ ਨਹੀਂ ਹੋਣਾ ਚਾਹੀਦਾ। ਇਹ ਇਹਦੇ 'ਚ ਖਾਲੀ ਸਾਡੀ ਆਪਣੀ ਇੰਸਟੀਟਿਊਸ਼ਨ, ਸਿੱਖ ਇੰਸਟੀਟਿਊਸ਼ਨ ਨੂੰ ਇਹ ਹੱਕ ਹੋਣਾ ਚਾਹੀਦਾ ਕਿ ਇਲੈਕਸ਼ਨ ਕਿੱਥੇ ਕਦ ਹੁੰਦੇ ਆ। ਇਹ ਜਿਹੜੀ ਡਿਪੈਂਡੈਂਟ ਹੈ, ਇਹ ਬਿਲਕੁਲ ਗਲਤ ਹੈ, ਔਰ ਇਹ BJP ਨੂੰ ਇਸ ਚੀਜ਼ ਤੋਂ ਆਪਣੀ ਪਕੜ ਨੂੰ ਘੱਟ ਕਰਨਾ ਪੈਣਾ। ਤੁਹਾਨੂੰ ਲੱਗਦਾ ਕਿ ਸੋਨੀ ਸਾਹਿਬ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਹੁਣ ਝੁਕਾਵ ਜਿਹੜਾ ਘੱਟ ਹੋਇਆ BJP ਦਾ, ਇਹੀ ਕਾਰਨ ਹੈ ਕਿ ਜਿਹੜੇ ਹੁਣ ਮਤਭੇਦ ਨੇ ਉਹ ਹੋ ਰਹੇ ਨੇ? BJP ਦੀ ਰੈਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨਹੀਂ ਪਹੁੰਚਦੇ, ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦੇ ਵਿੱਚ BJP ਦੇ ਵਰਕਰ ਨਹੀਂ ਪਹੁੰਚਦੇ? ਪੰਜਾਬ ਦੇ ਵਿੱਚ ਰੈਲੀਆਂ ਹੁੰਦੀਆਂ ਤੇ ਦੋਵੇਂ ਵਰਕਰਾਂ, ਦੋਵੇਂ ਪਾਰਟੀਆਂ ਦੇ ਜਿਹੜੇ ਭਾਈਵਾਲ ਆ, ਤੁਸੀਂ ਕਹਿੰਦੇ ਹੋ ਅਸੀਂ ਭਰਾ, ਨਜ਼ਰ ਹੀ ਨਹੀਂ ਆਉਂਦੇ ਦੋਨੋਂ ਭਰਾ ਇੱਕ ਮੰਚ ਦੇ ਉੱਤੇ? ਅਕਾਲੀ ਪਾਰਟੀ ਦੇ ਤੁਹਾਨੂੰ ਵੀ ਪਤਾ, 2 ਸੀਟਾਂ ਉਹਨਾਂ ਨੂੰ ਮਿਲੀਆਂ ਉੱਥੇ ਜੀ, ਪੰਜਾਬ ਤੋਂ 2 ਸੀਟਾਂ ਦੋਵਾਂ ਹਸਬੈਂਡ ਐਂਡ ਵਾਈਫ ਨੂੰ ਮਿਲੀਆਂ ਜੀ, ਔਰ ਇਹ ਕੋਈ ਜਿਹੜਾ ਪੂਰੇ ਰਾਜ ਤੇ ਜਿਨ੍ਹਾਂ ਨੇ ਰਾਜ ਕੀਤਾ ਹੋਵੇ ਪੂਰੇ ਪੰਜਾਬ ਤੇ, ਉਹਨੂੰ 2 ਸੀਟਾਂ ਮਿਲੀਆਂ ਹੋਣ, ਤੇ ਫਿਰ ਤੁਸੀਂ ਆਪ ਵੀ ਸੋਚ ਸਕਦੇ ਹੋ ਕਿ ਕਿਹੜੇ ਪਾਸੇ BJP ਜਾ ਰਹੀ ਹੈ, ਕਿਹੜੇ ਪਾਸੇ ਅਕਾਲੀ ਦਲ ਹੈ। ਉਸ ਤੋਂ ਪਹਿਲਾਂ ਮਤਲਬ ਹੈ ਕਿ ਸਾਨੂੰ ਇਹ ਦੇਖਣਾ ਪਏਗਾ ਕਿ ਹੁਣ ਨਵੀਂ ਜਿਹੜੀ, ਤੁਸੀਂ ਢਿੰਡਸਾ ਸਾਹਿਬ ਦਾ ਵੀ ਜ਼ਿਕਰ ਕੀਤਾ, ਇਹ ਨਵੀਂ ਅਕਾਲੀ ਦਲ ਜਿਹੜੀ ਬਣਾ ਰਹੇ, ਜਿਹਦਾ ਸ਼ੁਰੂਆਤ ਹਰਿਆਣਾ ਤੋਂ ਹੋਇਆ, ਉਸ ਤੋਂ ਬਾਅਦ ਮਨਜੀਤ ਸਿੰਘ ਜੀ ਕੇ ਦਿੱਲੀ ਤੋਂ ਫਰਵਰੀ 'ਚ ਇਲੈਕਸ਼ਨ ਉੱਥੇ ਆ ਰਹੇ ਨੇ। ਸੋ ਆਈ ਥਿੰਕ ਇਹ ਨਵੀਂ ਬਣਤਰ ਜਿਹੜੀ ਬਣ ਰਹੀ ਹੈ, ਇਸ ਉੱਤੇ ਸਾਡਾ ਧਿਆਨ ਹੋਣਾ ਚਾਹੀਦਾ ਹੈ, ਤਾਂ ਤੱਕ ਅਸੀਂ ਕੁੱਝ ਨਹੀਂ ਕਹਿ ਸਕਦੇ ਕਿ ਇਹ ਚੀਜ਼ ਨੂੰ ਕਿਸ ਤਰ੍ਹਾਂ ਅੱਗੇ ਵਧਾਇਆ ਜਾਏ। ਤੇ ਸੋਨੀ ਸਾਹਿਬ, ਮਤਲਬ ਕਹਿਣ ਦਾ ਭਾਵ ਹੈ ਕਿ ਇਹ BJP ਦੇ ਹੀ ਖੜੇ ਕੀਤੇ ਹੋਏ ਸੁਖਦੇਵ ਸਿੰਘ ਢੀਂਡਸਾ ਨੇ, BJP ਦੇ ਹੀ ਖੜੇ ਕੀਤੇ ਹੋਏ ਮਨਜੀਤ ਸਿੰਘ GK ਨੇ, ਜੋ ਕਿ ਇੱਕ ਤਰਫੋਂ DSGMC ਦੇ ਇਲੈਕਸ਼ਨ ਲੜਨਗੇ, ਔਰ ਉੱਥੇ ਸੁਖਦੇਵ ਸਿੰਘ ਢੀਂਡਸਾ SGPC ਦੇ ਇਲੈਕਸ਼ਨ ਲੜਨਗੇ। ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਚਿਹਰਾ ਬਣਾਇਆ ਹੋਇਆ ਸੀਗਾ, ਹੁਣ ਗੱਲ ਨਹੀਂ ਬਣਦੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ, ਜਾਂ ਫਿਰ ਉਹਨਾਂ ਦੀ ਪਾਰਟੀ ਦੇ ਨਾਲ, ਜਾਂ ਫਿਰ ਉਹਨਾਂ ਦੇ ਪੁੱਤਰ ਦੇ ਨਾਲ, ਜਾਂ ਫਿਰ ਉਹਨਾਂ ਦੀ ਨੂੰਹ ਰਾਣੀ ਦੇ ਨਾਲ, ਤਾਂ ਹੁਣ ਸੁਖਦੇਵ ਸਿੰਘ ਢੀਂਡਸਾ ਦੀ ਲੋੜ ਪੈ ਗਈ, ਉੱਥੇ ਦਿੱਲੀ ਦੇ ਵਿੱਚ ਜਿਹੜੀ ਹੈਗੀ ਹੈ ਮਨਜੀਤ ਸਿੰਘ GK ਦੀ ਲੋੜ ਪੈ ਗਈ। ਮਨਜੀਤ ਸਿੰਘ GK ਆਪਣੀ ਇਲੈਕਸ਼ਨ ਖੁਦ ਲੜਨਗੇ, ਪਰ ਦੇਖੋ BJP ਨਾਲ ਰਿਲੇਸ਼ਨਸ਼ਿਪ ਤੇ ਰੱਖਣੀ ਪੈਣੀ ਹੈ, ਕਿਉਂਕਿ ਕਈ ਮੁੱਦੇ ਜਿਹੜੇ ਹਨ ਸਾਨੂੰ ਸੈਂਟਰਲ ਗਵਰਨਮੈਂਟ ਕੋਲੋਂ ਸੋਲਵ ਕਰਨੇ ਪੈਣੇ ਆ। ਸੇਮ ਥਿੰਗ ਢੀਂਡਸਾ ਸਾਹਿਬ ਵੀ, ਆਪਣੀ ਇੰਡੀਪੈਂਡੈਂਸ ਰੱਖੋ,
पर जिहड़ी सेंट्रल गवर्नमेंट है उस नाल तुसीं तालमेल ते रखोगे ना कई काम उन्हां तों कराने पैंदे आ, उन्हां नाल दुश्मनी लै के ते अगे चलण दी गुंजाइश ही नहीं होंदी। सो ये जब तक ये दो चीज तीन चीज़ां जिहड़ियां क्लीयर नहीं होंदियां तां तक केड़ी राजनीति की शेप लैंदी है उत्थे पंजाब विच कुछ नहीं कहा जा। सोनी साहब, पंडेर साहब, काफ़ी सारे कॉलरस जुड़ गए हैं, कॉलरस नूं भी असीं सुन लैंदे आ, उन्हां दा भी सवाल होणगे। सत श्री अकाल जी, ਤੁਸੀਂ ਔਨ ਏਅਰ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਰੇਸ਼ਮ ਸਿੰਘ ਬੋਲਦਾ ਨਿਊਯਾਰਕ ਤੋਂ। ਜੀ ਰੇਸ਼ਮ ਸਿੰਘ ਜੀ, ਕੀ ਕਹਿਣਾ ਚਾਹੋਗੇ? ਹਰਪ੍ਰੀਤ ਸਿੰਘ ਜੀ ਅਤੇ ਸਰਬਜੀਤ ਸਿੰਘ ਪਨੀਰ ਸਾਹਿਬ ਅਤੇ ਕਮਲਜੀਤ ਸਿੰਘ ਸੋਨੀ ਸਾਹਿਬ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਜਸ ਪੰਜਾਬੀ ਦਾ ਵੀ ਜਿਹੜੇ ਮਤਲਬ ਪੰਜਾਬ ਦਾ ਅਤੇ ਮਤਲਬ ਪੰਜਾਬ ਦੀ ਰਾਜਨੀਤੀ ਦਾ ਚੀਰ ਫਾੜ ਅਤੇ ਓਪਰੇਸ਼ਨ ਕਰਨ ਦਾ ਮੁੱਦਾ ਲੈ ਕੇ ਆਏ ਆ। ਜੀ, ਪਹਿਲਾਂ ਤਾਂ ਰਾਜਨੀਤੀ ਦਾ ਇੱਕ ਅਸੂਲ ਸਮਝਣਾ ਬਹੁਤ ਜ਼ਰੂਰੀ ਆ। ਜੀ, ਰਾਜਨੀਤੀ ਦੇ ਵਿੱਚ ਕੋਈ ਸਕਾ ਨਹੀਂ ਹੁੰਦਾ। ਜੀ, ਲੋੜ ਪਵੇ ਤਾਂ ਮਤਲਬ ਗਧੇ ਨੂੰ ਪਿਓ ਬਣਾ ਲਓ, ਮਤਲਬ ਨਿਕਲ ਜਾਏ ਤਾਂ ਪਿਓ ਨੂੰ ਗਧਾ ਸੱਦਣ ਲੱਗ ਪੈਂਦੇ ਆ। ਇਹ ਰਾਜਨੀਤੀ ਦਾ ਪਹਿਲਾ ਅਸੂਲ ਹੈ। ਜਦੋਂ ਤੁਹਾਨੂੰ ਯਾਦ ਹੋਣਾ, ਜਦੋਂ ਮਤਲਬ ਮੋਦੀ ਸਾਹਿਬ ਨੇ ਪਿਛਲੀ ਵਾਰੀ ਦੇ ਵਿੱਚ ਇਲੈਕਸ਼ਨ ਲੜੀ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਗਲ 'ਚ ਬੱਲਾ ਪਾ ਕੇ ਕਿਹਾ ਸੀ ਤੂੰ ਸਾਡਾ ਪਿਓ ਆ। ਸ਼ੁਰੂ ਇੱਥੋਂ ਕੀਤਾ ਸੀ ਪੰਜਾਬ ਤੋਂ। ਸਮਾਂ ਨਿਕਲਿਆ, ਉਸੇ ਮਤਲਬ ਪ੍ਰਕਾਸ਼ ਸਿੰਘ ਬਾਦਲ ਨੂੰ ਲੋੜ, ਕਿਉਂ ਕਹੀ ਕਿ ਸਾਹਮਣੇ ਦੁਸ਼ਮਣ ਬਹੁਤ ਤਕੜਾ ਸੀ ਕਾਂਗਰਸ, ਉਹਨੂੰ ਹਰਾਉਣਾ ਸੀ। ਅੱਜ ਦੁਸ਼ਮਣ ਕਮਜ਼ੋਰ ਪੈ ਗਏ ਕਾਂਗਰਸ ਬਿਲਕੁਲ, ਉਹਨੂੰ ਪ੍ਰਕਾਸ਼ ਸਿੰਘ ਬਾਦਲ ਦੀ ਬਿਲਕੁਲ ਲੋੜ ਨਹੀਂ। ਇਹੀ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਸੀ ਮਤਲਬ ਬੀਜੇਪੀ ਨੂੰ ਜਿਤਾਓ ਤੇ ਟਰੱਕ ਭਰ ਭਰ ਕੇ ਪੈਸੇ ਦੇ ਪੰਜਾਬ 'ਚ ਆਉਣਗੇ। ਇੱਕ ਦੁੱਕੀ ਪੰਜਾਬ ਨੂੰ ਨਹੀਂ ਦਿੱਤੀ ਜਦੋਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਸੀ। ਹੁਣ ਮੈਂ ਪੰਜਾਬ ਮੌਜੂਦਾ ਹਾਲਾਤ ਦੀ ਗੱਲ ਕਰਨ ਲੱਗਾ। ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਇਸ ਵੇਲੇ ਬਿਲਕੁਲ ਜ਼ੀਰੋ ਹਾਲਾਤ ਤੇ ਖੜਾ। ਉਹਨਾਂ ਨੂੰ ਇਹਨਾਂ ਦੀ ਬਿਲਕੁਲ ਲੋੜ ਹੀ ਨਹੀਂ, ਨਾ ਅਮਿਤ ਸ਼ਾਹ ਨੂੰ ਨਾ ਮੋਦੀ ਸਾਹਿਬ ਨੂੰ। ਹੁਣ ਇਹ ਮੌਜੂਦਾ ਹਾਲਾਤਾਂ ਦੇ ਵਿੱਚ ਰੀਸੈਂਟਲੀ ਹਰਿਆਣੇ ਦੇ ਵਿੱਚ ਇਲੈਕਸ਼ਨ ਹੋਈ, ਉਹਨਾਂ ਨੇ ਦਾਦੂਵਾਲ ਦਾ ਸਾਥ ਦਿੱਤਾ ਇਹਨਾਂ ਦੇ ਵਿਰੁੱਧ ਸੁਖਬੀਰ ਬਾਦਲ ਦੇ, ਕਿਉਂ ਉੱਧਰ ਮਤਲਬ ਮੋਰਚਾ ਤਿਆਰ ਹੋ ਰਿਹਾ ਮਨਜੀਤ ਸਿੰਘ ਜੀ ਕੇ, ਪਰਮਜੀਤ ਸਿੰਘ ਸਰਨਾ ਤੇ ਦਾਦੂਵਾਲ ਇੱਕ ਪਾਸੇ ਇਕੱਠੇ ਹੋਣਗੇ ਤੇ ਭਾਜਪਾ ਇਹਨਾਂ ਦੀ ਸਪੋਰਟ ਕਰੇਗੀ। ਪੂਰੀ ਇਹਨਾਂ ਦੀ ਕੋਸ਼ਿਸ਼ ਹੋਊਗੀ ਕਿ ਪੰਜਾਬ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਉਹਦੀ ਮਤਲਬ ਔਕਾਤ ਦਿਖਾਲੀ ਜਾਵੇ, ਦਿਖਾਲ ਰਹੇ ਆ। ਇਹਨਾਂ ਨੇ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣਾ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਚਿਰ ਤੋਂ ਪਹਿਲਾਂ ਇਹੀ ਸੁਖਬੀਰ ਬਾਦਲ ਕਹਿੰਦਾ ਸੀ ਕਿ ਅਸੀਂ ਤੁਹਾਡੇ ਤੋਂ ਬਿਨਾਂ ਵੀ ਚੋਣ ਲੜੂੰਗਾ, ਤੁਹਾਨੂੰ ਸਿਰਫ 21 ਸੀਟਾਂ ਜਾਂ 17 ਸੀਟਾਂ ਵੱਧ ਨਹੀਂ ਦੇਣੀ। ਹੁਣ ਮਤਲਬ ਹਾਲਾਤ ਇਹ ਬਣ ਜਾਣੇ, ਤੁਸੀਂ ਦੇਖੋਗੇ ਬੜੀ ਗੌਰ ਦੇ ਨਾਲ ਕਿ ਇਹੀ ਮਤਲਬ ਭਾਜਪਾ ਕਹੇਗੀ ਤੂੰ ਸੀਟਾਂ 5-7 ਲੈਣੀਆਂ ਜੇ ਲੈ ਲੈਣੇ ਤਾਂ ਪਾਸੇ ਹੋ ਜਾ। ਸੁਖਬੀਰ ਸਿੰਘ ਬਾਦਲ ਨੂੰ ਕਹਿਣਗੇ ਇਹਨਾਂ ਦੇ ਹੱਥ ਪੱਲੇ ਕੁਛ ਨਹੀਂ ਹੈਗਾ। ਰਹੇ ਪੰਜਾਬ ਦੇ ਪਾਣੀਆਂ ਦੀ ਗੱਲ, ਜਦੋਂ ਪਾਕਿਸਤਾਨ ਬਣਿਆ ਸੀ ਮਤਲਬ ਜਿਹੜਾ ਸਤਲੁਜ ਦਰਿਆ ਦਾ ਪਾਣੀ ਸੀ ਉਹਦਾ ਪੈਸਾ ਵੀ ਪਾਕਿਸਤਾਨ ਨੂੰ ਲੈ ਲਿਆ, ਪਰ ਪਾਣੀ ਹਾਲੇ ਵੀ ਜਾ ਰਿਹਾ ਪਾਕਿਸਤਾਨ ਨੂੰ, ਰਾਵੀ ਦਾ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਤੇ ਬਾਕੀ ਸਾਰੇ ਦਰਿਆਵਾਂ ਦਾ ਪਾਣੀ ਜਿਹੜਾ ਚਾਹੁਣ ਤਾਂ ਕੱਲ ਨੂੰ ਹੱਲ ਹੋ ਸਕਦਾ, ਪਰ ਕੋਈ ਹੱਲ ਹੀ ਨਹੀਂ ਕਰਨਾ ਚਾਹੁੰਦਾ ਕਿਸਾਨੀ ਨੂੰ, ਹਰ ਇੱਕ ਬੰਦਾ ਰੋਣਾ ਚਾਹੁੰਦਾ। ਥੈਂਕ ਯੂ ਮੁੱਦਾ ਲਿਆਉਣ ਲਈ, ਬਹੁਤ ਬਹੁਤ ਧੰਨਵਾਦ ਤੁਹਾਡਾ। ਮਿਹਰਬਾਨੀ ਰੇਸ਼ਮ ਸਿੰਘ ਜੀ, ਮਿਹਰਬਾਨੀ, ਬੜਾ ਵਿਸਥਾਰ ਦੇ ਵਿੱਚ ਤੁਸੀਂ ਸਾਰੀ ਗੱਲਾਂ ਦੱਸੀਆਂ। ਮੈਨੂੰ ਲੱਗਦਾ ਕਿ ਇਸ ਗੱਲਾਂ ਨਾਲ ਮੈਂ ਵੀ ਸਹਿਮਤੀ ਰੱਖਦਾ ਕਿ ਨੈਗੋਸ਼ੀਏਸ਼ਨ ਜਿਹੜੀ ਹੈ ਉਹ ਹੁਣ ਬੀਜੇਪੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿਚਕਾਰ ਹੋਣਗੀਆਂ। ਹੋ ਸਕਦਾ ਕਿ ਬੀਜੇਪੀ ਮੰਗ ਕਰੇਗੀ 70 ਸੀਟਾਂ ਦੇ ਉੱਤੇ ਅਸੀਂ ਚੋਣਾਂ ਲੜੀਏ, ਔਰ 47 ਜਿਹੜੀ ਸੀਟਸ ਨੇ 47 ਸੀਟਾਂ ਉਹਦੇ ਉੱਤੇ ਚੋਣਾਂ ਸ਼੍ਰੋਮਣੀ ਅਕਾਲੀ ਦਲ ਲੜੇ। ਇਹ ਹੋ ਸਕਦਾ ਸਿਆਸੀ ਪੰਡਤਾਂ ਵੱਲੋਂ ਇਹ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਹਨ। ਬੜੇ ਸਾਰੇ ਕਾਲਰਸ ਨੇ, ਆਪਾਂ ਇੱਕ ਕਾਲਰ ਹੋਰ ਨੇ ਉਹਨਾਂ ਨੂੰ ਵੀ ਸੁਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਹੈਲੋ ਭਾਈ, ਸਤਿ ਸ਼੍ਰੀ ਅਕਾਲ, ਮੈਂ ਜਗਪਾਲ ਸਿੰਘ ਬੋਲਦਾ ਜੀ। ਜੀ ਜਗਪਾਲ ਸਿੰਘ ਜੀ, ਕੀ ਕਹਿਣਾ ਚਾਹੋਗੇ, ਕਿੱਥੋਂ ਬੋਲ ਰਹੇ? ਭਾਜੀ ਦੇਖੋ, ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਜੀ ਯੂਨੀਅਨ ਟੈਰੀਟਰੀ ਬਣਾਉਣ ਦੀ, ਜੀ ਮੈਂ ਪੰਧੇਰ ਸਾਹਿਬ ਉਹਨਾਂ ਨੂੰ ਸੱਦ ਦਿੰਦਾ, ਇਹ ਰਿਐਲਿਟੀ ਆ ਫਿਊਚਰ ਦੇ ਵਿੱਚ। ਜੀ ਇਹ ਚੱਲ ਮੈਂ ਦੱਸ ਦਿੰਦਾ ਯੂਨੀਅਨ ਟੈਰੀਟਰੀ ਉਹਨੇ ਕਿੱਦਾਂ ਬਣਾਉਣੀ ਆ। ਪਹਿਲਾਂ ਉਹਨਾਂ ਨੇ ਮਾਝੇ ਨੂੰ ਯੂਨੀਅਨ ਟੈਰੀਟਰੀ ਬਣਾਉਣਾ, ਫਿਰ ਉਹਨਾਂ ਨੇ ਸੰਪਾੜ ਜਿਹੜਾ ਮਾਲਵੇ ਦਾ ਆ ਜਿਹੜਾ ਜਿੱਧਰ ਬਗਾਵਤ ਜ਼ਿਆਦਾ ਉੱਠਦੀ ਉਹਨੂੰ ਬਣਾਉਣਾ, ਫਿਰ ਇਹਨਾਂ ਨੇ ਦੁਆਬੇ ਨੂੰ ਬਣਾਉਣਾ, ਇਹਨਾਂ ਨੇ ਤਿੰਨ ਭਾਗਾਂ 'ਚ ਪੰਜਾਬ ਨੂੰ ਯੂਨੀਅਨ ਟੈਰੀਟਰੀ ਦਾ ਹਿੱਸਾ ਬਣਾਉਣਾ। ਤੁਸੀਂ ਮਾਰਕ ਮਾਈ ਵਰਡ ਔਨ ਯੋਰ ਕੈਲੰਡਰ। ਬਾਕੀ ਦੇਖੋ ਭਾਜੇ ਆਪਣੇ ਹਰਕੀਰਤ ਸਿੰਘ ਜੀ, ਜਦੋਂ ਹੁਣ ਸਿੱਖ ਫਾਰ ਜਸਟਿਸ ਵੱਲੋਂ ਜਿਹੜਾ ਰੈਫਰੈਂਡਮ ਦਾ ਚਲਾਇਆ ਜਾ ਰਿਹਾ, ਇਹਨਾਂ ਦੀਆਂ ਏਜੰਸੀਆਂ ਨੇ ਸੀਕਰਟ ਸਰਵੇ ਕੀਤਾ, 90% ਤੋਂ ਉੱਪਰ ਲੋਕ ਆ ਜਿਹੜੇ ਹਿੰਦੁਸਤਾਨ ਨਾਲੋਂ ਟੁੱਟ ਚੁੱਕੇ ਆ ਪੰਜਾਬ ਦੇ ਅੰਦਰ, ਉਹਦੇ 'ਚ ਸਿੱਖ, ਉਹਦੇ 'ਚ ਸਾਰੇ ਤਰ੍ਹਾਂ ਦੇ ਲੋਕ ਆ।
ਕਿਉਂਕਿ ਪੰਜਾਬ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਨਾਲ ਰਹਿ ਕੇ ਹੁਣ ਆਪਣਾ ਫਿਊਚਰ ਬ੍ਰਾਈਟ ਨਹੀਂ ਦਿਖਦਾ, ਇਸ ਕਰਕੇ ਪੰਜਾਬ ਜਿਹੜਾ ਹਿੰਦੁਸਤਾਨ ਵੱਖਰਾ ਹੋਣਾ ਮੰਗਦਾ। ਹੁਣ ਜਿਹੜਾ ਸੈਂਟਰ ਆ, ਜੇ ਪੰਜਾਬ ਟੁੱਟਦਾ ਤੇ ਇਹਦਾ ਮਤਲਬ ਸਾਰਾ ਇੰਡੀਆ ਟੁੱਟਦਾ। ਸਾਊਥ ਵਾਲੇ ਤਾਂ ਪਹਿਲਾਂ ਰੈਡੀ ਬੈਠੇ ਆ ਵੀ ਕੋਈ ਪਹਿਲ ਕਰੇ, ਤੇ ਤਾਮਿਲਨਾਡੂ ਨੇ ਨੰਬਰ 2 ਦੇ ਕੰਟਰੀ ਆ ਜਿਹੜਾ ਰੈਫਰੈਂਡਮ ਕਰਾ ਕੇ ਇੰਡੀਆ ਨਾਲ ਟੁੱਟੂਗਾ। ਉਹ ਹੁਣ ਸੈਂਟਰ ਕੋਲ ਚੁਆਇਸ ਕੀ ਆ, ਉਹਨਾਂ ਨੇ ਹੁਣ ਪੰਜਾਬ ਨੂੰ ਸਪਰੈਸ ਕਰਨਾ। ਇਹਨਾਂ ਨੂੰ 2.5, ਮੈਂ ਕੱਲ ਵੀ ਇਹ ਗੱਲ ਕਹੀ ਸੀ, ਉਹਨਾਂ ਨੂੰ 2.5 ਕਰੋੜ ਪੰਜਾਬ ਦਾ ਬੰਦਾ ਮਾਰਨਾ ਕੋਈ ਮਹਿਨਾ ਨਹੀਂ ਰੱਖਦਾ। ਜਿਹੜਾ ਅੱਜ ਤੋਂ 35 ਸਾਲ ਪਹਿਲਾਂ ਬਲਰਾਮ ਜਾਂ ਜਾਖੜ, ਜਿਹੜਾ ਅੱਜ ਤੋਂ 35 ਸਾਲ ਪਹਿਲਾਂ ਇਹ ਗੱਲ ਕਹਿ ਸਕਦਾ ਵੀ ਜੇ ਸਾਨੂੰ ਬੰਦਾ 2 ਕਰੋੜ ਸਿੱਖ ਮਾਰਨਾ ਪੈ ਜਾਵੇ ਇੰਡੀਆ ਦੇ ਇਕੱਠਾ ਰੱਖਣ ਵਾਸਤੇ, ਉਦੋਂ ਇਹ ਗੱਲ ਕਹਿੰਦਾ ਸੀ। ਹੁਣ ਟੈਕਨੋਲੋਜੀ ਦਾ ਬਹੁਤ ਡਿਮਾਂਡ ਆ, ਹੁਣ ਤਾਂ ਪੰਜਾਬ ਰਾਤੋ ਰਾਤ ਮਾਰ ਤੁਹਾਡੇ ਜਜ਼ਬਾਤਾਂ ਦੀ, ਇਸ ਕਰਕੇ ਪੰਜਾਬ ਦੀ ਵੈਲਫੇਅਰ ਹੁਣ ਇੰਡੀਆ ਦੇ ਅੰਦਰ ਹੈ ਨੀਗੀ। ਪੰਜਾਬ ਦੇ ਲੋਕ ਇਹ ਨਾ ਹੁਣ ਵੀ ਸੁੱਤੇ ਸੁੱਤੇ ਇਹ ਤੁਹਾਡਾ ਕੰਮ ਹੋ ਜਾਵੇ ਤਾਂ ਤੁਸੀਂ ਇੰਡੀਆ ਦੇ ਦਿੱਲੀ ਕਰੀ ਜਾਓ, ਆਪਣੇ ਆਪ ਨੂੰ ਪ੍ਰੋਟੈਕਟ ਕਰੋ। ਓਕੇ ਬਾਈ, ਮਿਹਰਬਾਨੀ ਤੁਹਾਡੀ, ਮਿਹਰਬਾਨੀ ਵੀ ਤੁਹਾਡੇ ਜਜ਼ਬਾਤਾਂ ਦੀ, ਤੁਹਾਡੇ ਵਿਚਾਰਾਂ ਦੀ, ਤੁਹਾਡੇ ਕਮੈਂਟਸ ਦੀ ਕਦਰ ਕਰਦਾ। ਪੰਡੇਰ ਸਾਹਿਬ ਦੇ ਕੋਲ ਮੈਂ ਵਾਪਸ ਆਵਾਂਗਾ। ਪੰਡੇਰ ਸਾਹਿਬ, ਤੁਸੀਂ ਸਾਡੇ ਕਾਲਰਸ ਨੂੰ ਸੁਣਿਆ, ਉਹਨਾਂ ਨੇ ਆਪਣੇ ਜਜ਼ਬਾਤ ਰੱਖੇ। ਮੈਂ ਚਾਹਾਂਗਾ ਕਿ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਤੁਸੀਂ ਆਪਣੇ ਜ਼ਰੂਰ ਇੱਕ ਕਮੈਂਟ ਜ਼ਰੂਰ ਦੇ ਦਿਓ, ਇੱਕ ਦੋ ਲਾਈਨਾਂ ਦੇ। ਮੈਂ ਜਿਹੜੀ ਹੈਗੀ ਆ ਅਕਾਲੀ ਬੀਜੇਪੀ ਦੇ ਜਿਹੜਾ ਟੁੱਟਣ ਦੀ ਗੱਲ ਹੋ ਰਹੀ ਹੈ, ਇਹ ਮੈਨੂੰ ਪੰਜਾਬ ਦੀ ਸਿਆਸਤ ਕਵਰ ਕਰਦੇ ਨੂੰ ਆਲਮੋਸਟ 3 ਦਹਾਕੇ ਹੋ ਗਏ। ਜਦੋਂ 1997 ਦੇ ਵਿੱਚ ਸਰਕਾਰ ਬਣੀ ਸੀ ਅਕਾਲੀ ਦਲ ਬੀਜੇਪੀ ਦੀ ਰਲ ਕੇ, ਉਸ ਤੋਂ ਲੈ ਕੇ ਹੁਣ ਤੱਕ ਇਹ ਹਰ ਇੱਕ ਇਲੈਕਸ਼ਨ ਤੋਂ ਪਹਿਲਾਂ ਇਹ ਕਾਰਸਰਾਈਆਂ ਸ਼ੁਰੂ ਹੋ ਜਾਂਦੀਆਂ ਕਿ ਅਕਾਲੀ ਦਲ ਬੀਜੇਪੀ ਦਾ ਗੱਠਜੋੜ ਜਿਹੜਾ ਹੈਗਾ ਉਹ ਟੁੱਟੂਗਾ। ਐਡੇ ਵੱਡੇ ਕਦਾਵਰ ਲੀਡਰ ਕੇ ਬਲਰਾਮ ਜੀ ਦਾ ਸਟੈਂਡਨ ਮਦਨ ਮੋਹਨ ਮਿੱਤਲ ਵਰਗੇ ਔਰ ਮਨੋਰੰਜਨ ਕਾਲੀਆ ਵਰਗਿਆਂ ਨੇ ਵੀ ਆਫੀਸ਼ੀਅਲੀ ਇਹ ਕਹਿ ਦਿੱਤਾ ਸੀ ਕਿ ਅਗਲੀਆਂ ਇਲੈਕਸ਼ਨਾਂ ਅਸੀਂ ਸ਼ਾਇਦ ਇਕੱਲੇ ਲੜਾਂਗੇ। ਪਰ ਜਿਹੜੀ ਕੇਂਦਰ ਦੀ ਲੀਡਰਸ਼ਿਪ ਹੈ ਬੀਜੇਪੀ ਦੀ, ਹਮੇਸ਼ਾ ਇਹਨਾਂ ਨੂੰ ਵਾਪਸ ਭੇਜ ਦਿੰਦੀ ਹੈ ਤੇ ਇਹਨਾਂ ਦੀ ਕੋਈ ਗੱਲ ਨਹੀਂ ਸੁਣਦੀ ਔਰ ਵਾਪਸ ਭੇਜਦੀ ਰਹੀ ਆ। ਔਰ ਜਿਹੜੀ ਪੰਜਾਬ ਦੀ ਬੀਜੇਪੀ ਆ ਉਸੇ ਤਨਖਾਹ ਦੇ ਉੱਤੇ ਆ ਕੇ ਆਪਣੀ ਪਾਰਟੀ ਦੀ ਨੌਕਰੀ ਕਰਦੀ ਰਹੀ ਹੈ ਜੀ। ਸੋ ਸਿਚੁਏਸ਼ਨ ਹਾਲੇ ਤੱਕ ਉਹਦੇ 'ਚ ਕੋਈ ਬਦਲਾਅ ਆਇਆ ਹੋਵੇ ਇਹ ਮੈਨੂੰ ਨਜ਼ਰ ਨਹੀਂ ਆਉਂਦਾ। ਜਿਹੜੇ ਲੋਕੀ ਇਹ ਕਹਿੰਦੇ ਆ ਕਿ ਅਕਾਲੀ ਦਲ ਨੂੰ ਬੇਸ਼ੱਕ ਸੀਟਾਂ ਪਿਛਲੀਆਂ ਇਲੈਕਸ਼ਨਾਂ 2017 ਦੇ ਵਿੱਚ ਨਹੀਂ ਮਿਲੀਆਂ, ਪਰ ਵੋਟ ਪਰਸੈਂਟੇਜ ਅਕਾਲੀ ਦਲ ਦਾ ਹਾਲੇ ਵੀ ਬਹੁਤ ਇੰਪ੍ਰੈਸਿਵ ਹੈ ਔਰ ਅਕਾਲੀ ਦਲ ਇਜ਼ ਡਾਊਨ ਬਟ ਨਾਟ ਆਊਟ ਜੀ। ਇਹ ਦੇਖਣ ਨੂੰ ਤਾਂ ਜ਼ਰੂਰ ਆਉਂਦਾ ਕਿ ਜਿਹੜੀ ਬੀਜੇਪੀ ਦੀ ਵੋਟ ਹੈ। ਆਲੂਵਾਲੀਆ ਸਾਹਿਬ, ਤੁਸੀਂ ਬਿਲਕੁਲ ਠੀਕ ਕਿਹਾ, ਜਿਹੜੀ ਬਈ ਭਰਾ ਨਜ਼ਰ ਨਹੀਂ ਆਉਂਦੇ ਸਟੇਜ ਦੇ ਉੱਤੇ। ਬੀਜੇਪੀ ਦੀ ਵੋਟ ਜਦੋਂ ਅਲਾਇੰਸ ਹੁੰਦਾ, ਬੀਜੇਪੀ ਦੀ ਵੋਟ ਪਿਛਲੀ 2017 ਦੇ ਵਿੱਚ ਜਿਹੜੇ ਬੀਜੇਪੀ ਦੇ ਸਮਰਥਕ ਨੇ ਉਹਨਾਂ ਨੇ ਵੋਟ ਅਕਾਲੀ ਦਲ ਨੂੰ ਨਹੀਂ ਪਾਈ ਜੀ, ਔਰ ਉਹ ਵੋਟ ਬਹੁਤ ਸਾਰੀ ਕਾਂਗਰਸ ਨੂੰ ਗਈ। ਔਰ ਜਿਹੜੇ ਵੋਟਿੰਗ ਉੱਥੇ ਓਪੀਨੀਅਨ ਪੋਲਸ ਵੀ ਹੋਏ, ਜਿਹੜੇ ਸਰਵੇ ਵੀ ਹੋਏ, ਕਈ ਸਾਰੀਆਂ ਜਿਹੜੀਆਂ ਪੋਲੀਟੀਕਲ ਕੰਪਨੀ, ਮੈਂ ਕਹਾਂਗਾ ਔਰਗਨਾਈਜੇਸ਼ਨਸ ਨੇ, ਜੋ ਕਿ ਇਲੈਕਸ਼ਨਸ ਤੋਂ ਪਹਿਲਾਂ ਐਡਵਰਟੀਜ਼ਮੈਂਟ ਔਰ ਜਿਹੜੇ ਸਾਰਾ ਡਿਜੀਟਲ ਦਾ ਕੰਮ ਸੰਭਾਲਦੀਆਂ ਹਨ, ਉਹਨਾਂ ਵਿੱਚੋਂ ਇੱਕ ਜਿਹੜੀ ਨਰਿੰਦਰ ਮੋਦੀ ਹੋਰਾਂ ਨਾਲ ਕੰਮ ਕਰ ਚੁੱਕੀ ਹੈ, ਮਹਾਰਾਸ਼ਟਰ ਦੇ CM ਨਾਲ ਕੰਮ ਕਰ ਚੁੱਕੀ ਹੈ, ਬਿਹਾਰ ਦੇ CM ਦੇ ਨਾਲ ਕੰਮ ਕਰ ਚੁੱਕੀ ਹੈ, ਉਹਨਾਂ ਨੇ ਵੀ ਇੱਕ ਰਿਪੋਰਟ ਜਾਰੀ ਕੀਤੀ ਸੀ ਕਿ ਪੰਜਾਬ ਦੇ ਵਿੱਚ ਹੁਣ ਕਈ ਹਲਕਿਆਂ ਦੇ ਵਿੱਚ ਸਿੱਖ ਵੋਟਰ ਨਾਲੋਂ ਮਾਇਨੋਰਿਟੀਜ਼ ਅਤੇ ਹਿੰਦੂ ਵੋਟਰ ਜ਼ਿਆਦਾ ਨੇ, ਔਰ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤਿਕ ਤਸਵੀਰ ਦਾ ਫੈਸਲਾ ਕਰ ਸਕਦੇ ਹਨ। ਇਹ ਇੱਕ ਵੱਡਾ ਸਵਾਲ ਬਣਦਾ, ਇਹਨਾਂ ਸਵਾਲਾਂ ਦੇ ਉੱਤੇ ਵੀ ਅਸੀਂ ਜਵਾਬ ਲਵਾਂਗੇ। ਕਵਲਜੀਤ ਸਿੰਘ ਸੋਨੀ ਅਤੇ ਨਾਲ ਸਾਡੇ ਨਾਲ ਸਰਬਜੀਤ ਸਿੰਘ ਪੰਡੇਰ ਲਗਾਤਾਰ ਇਸ ਪ੍ਰੋਗਰਾਮ ਦੇ ਵਿੱਚ ਜਾਰੀ ਰਹਿਣਗੇ। ਤੁਸੀਂ ਵੀ ਕਾਲ ਕਰਕੇ ਆਪਣੇ ਸਵਾਲ ਜਿਹੜੇ ਆ, ਆਪਣੇ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ, ਲੈ ਕੇ ਚੱਲਦੇ ਹਾਂ ਸਿੱਧਾ ਆਪਣੇ ਗੈਸਟਾਂ ਦੇ ਕੋਲ, ਜਿਹੜੇ ਪੈਨਲਿਸਟ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਵਿਚਾਰ ਕਰਦੇ ਹਾਂ। ਪੰਡੇਰ ਸਾਹਿਬ ਜਾਣ ਤੋਂ ਪਹਿਲਾਂ ਸਾਡੇ ਕਈ ਸਾਰੇ ਕਾਲਰਸ ਨੇ ਕਾਲ ਕੀਤਾ ਔਰ ਉਹਨਾਂ ਨੇ ਆਪਣੇ ਵਿਚਾਰ ਰੱਖੇ। ਤੁਸੀਂ ਹੁਣ ਸਿੱਖ ਡਾਇਸਪੋਰਾ ਦੇ ਲਿਹਾਜ਼ ਨਾਲ ਸੋਚੋ, ਜਿਹੜੇ NRI ਭਰਾ ਸਾਡੇ ਇੱਥੇ ਵੱਜਦੇ ਹਨ, ਉਹਨਾਂ ਦੇ ਮਨ ਦੇ ਵਿੱਚ ਅੱਜ ਵੀ ਹੈ ਕਿ ਪੰਜਾਬ ਦੇ ਹਾਲਾਤ ਸੁਧਰ ਜਾਣ, ਪਰ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਰਣਨੀਤੀ ਜਿਹੜੀ ਹੈ ਔਰ ਕਿਹੜੀ ਰਾਜਨੀਤੀ ਜਿਹੜੀ ਹੈ ਉਹ ਪੰਜਾਬ ਦੇ ਉੱਤੇ ਹਾਵੀ ਹੈ? ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹਰ ਪਾਰਟੀ ਨੂੰ ਸਿਰਫ ਜਿਹੜਾ ਨਜ਼ਰ ਆ ਰਹੀ ਹੈ, ਸਿਰਫ ਕੁਰਸੀ ਆ ਰਹੀ ਹੈ, ਪੰਜਾਬ ਦੇ ਮਸਲੇ ਨਜ਼ਰ ਨਹੀਂ ਆ ਰਹੇ। ਕਿੰਨੇ ਸਾਰੇ ਮਸਲਿਆਂ ਦੀ ਗੱਲ ਕਰੀਏ, ਹਜੇ ਤੱਕ ਅਸੀਂ ਉੱਥੇ ਹੀ ਖੜੇ ਹਾਂ। ਘਰ ਘਰ ਨੌਕਰੀ ਦੀ ਗੱਲ ਕਰੀਏ ਤਾਂ ਅੱਜ ਹਰ ਪੰਜਾਬ ਦਾ ਨੌਜਵਾਨ ਘਰ ਹੀ ਬੈਠਾ। ਨਸ਼ਿਆਂ ਦੀ ਗੱਲ ਕਰੀਏ, ਰੇਤ ਮਾਫੀਆ ਦੀ ਗੱਲ ਕਰੀਏ, ਕਿਸਾਨੀ ਦੀ ਗੱਲ ਕਰੀਏ, ਪਾਣੀਆਂ ਦੇ ਮੁੱਦਿਆਂ ਦੀ ਗੱਲ ਕਰੀਏ, ਅਸੀਂ ਸਿੱਖਿਆ ਦੇ ਮਿਆਰ ਦੀ ਗੱਲ ਕਰੀਏ, ਸਿਹਤ ਦੀ ਗੱਲ ਕਰੀਏ, ਤਾਂ ਅੱਜ ਕਿੱਥੇ ਖੜੇ ਹਾਂ ਅਸੀਂ? ਅਲੂਵਾਲੀਆ ਸਾਹਿਬ, ਬਹੁਤ ਹੀ ਜਿਹੜਾ ਹੈਗਾ ਅਹਿਮ ਮੁੱਦੇ 'ਤੇ ਤੁਸੀਂ ਗੱਲ ਛੇੜੀ ਆ। ਜਿਹੜੀ ਰਾਜਨੀਤੀ ਆ, ਰਣਨੀਤੀ ਉਹ ਇਹ ਆ ਰਹੀ ਆ, ਲੋਕਾਂ ਦੇ ਜਿਹੜਾ ਧਰਾਤਲ ਦੇ ਉੱਪਰ ਜੇ ਤੁਸੀਂ ਸੈਂਟੀਮੈਂਟ ਨੂੰ ਗੱਲ ਕਰੋ, ਉਹਦੇ ਵਿੱਚ ਤੀਸਰੇ ਬਦਲ ਵੱਲ ਬਹੁਤ ਜ਼ਬਰਦਸਤ ਉਤਸ਼ਾਹ ਵੀ ਹੈ ਔਰ ਉਹਦੀ ਚਾਹ ਵੀ ਹੈ। ਲੋਕ ਜਿਹੜੇ ਆਮ ਲੋਕ ਨੇ, ਤੁਸੀਂ ਚਾਹੇ ਕਿਸੇ ਵੀ ਫਿਰਕੇ ਦੇ ਨਾਲ ਉਹ ਸੰਬੰਧਿਤ ਹੋਣ,
ਉਹ ਅਕਾਲੀ ਦਲ ਜਾਂ ਕਾਂਗਰਸ ਦਾ ਜਿਹੜਾ ਹੈਗਾ ਉਹਨਾਂ ਤੋਂ ਤੀਸਰਾ ਬਦਲ ਚਾਹੁੰਦੇ ਨੇ। ਪਰ ਇਹ ਇਹ ਬਹੁਤ ਹੀ ਅਫਸੋਸਜਨਕ ਸਥਿਤੀ ਪੈਦਾ ਹੋਈ ਹੋਈ ਹੈ ਕਿ ਤੀਸਰੇ ਬਦਲ ਦੇ ਜਿੰਨੇ ਕੁ ਵੀ ਆਗੂ ਨੇ, ਬਹੁਤ ਸਿਰ ਕੱਢ ਆਗੂ ਨੇ, ਬਹੁਤ ਸਿਆਣੇ ਆਗੂ ਨੇ, ਔਰ ਉਹ ਪੰਜਾਬ ਦੇ ਹੱਕਾਂ ਦੀਆਂ ਗੱਲਾਂ ਕਰਦੇ ਵੀ ਨੇ। ਤੁਸੀਂ ਕੁਛਾਂ ਦਾ ਨਾਂ ਲਿਆ ਵੀ ਆ, ਭਗਵੰਤ ਮਾਨ ਦਾ ਨਾਂ ਲਿਆ, ਫਿਰ ਸੁਖਪਾਲ ਖਹਿਰਾ ਦਾ ਨਾਂ ਲਿਆ, ਫਿਰ ਇਸ ਤਰ੍ਹਾਂ ਬਹੁਤ ਸਾਰੇ ਲੀਡਰ ਨੇ। ਇਹ ਇਹ ਜੇ ਅਗਰ ਇਕੱਠੇ ਹੋ ਜਾਣ ਤਾਂ ਇੱਕ ਲੋਕਾਂ ਦੀ ਜਿਹੜੀ ਚੇਤਨਾ ਹੈ ਜਾਂ ਉਹਨਾਂ ਦੀ ਟੋਟਲ ਜਿਹੜੀ ਇਮੈਜੀਨੇਸ਼ਨ, ਪੋਲੀਟੀਕਲ ਇਮੈਜੀਨੇਸ਼ਨ ਆ, ਉਹਦੇ ਵਿੱਚ ਘਰ ਕਰ ਸਕਦੇ ਨੇ। ਨਵਜੋਤ ਸਿੱਧੂ ਉਹਨਾਂ ਦੇ ਵਿੱਚ ਇੱਕ ਨੇ। ਉਹ ਜੇ ਸਾਰੇ ਜਾਣੇ ਇਕੱਠੇ ਹੋ ਕੇ ਇੱਕ ਆਪਣਾ ਕੋਸ਼ਿਸ਼ ਕਰਨ ਤਾਂ ਤੀਸਰਾ ਬਦਲ ਹੋ ਸਕਦਾ। ਔਰ ਜਿਹੜੀਆਂ ਮੇਨ ਪੋਲੀਟੀਕਲ ਪਾਰਟੀਜ਼ ਨੇ ਇਹਨਾਂ ਵਾਸਤੇ ਬਹੁਤ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਸਕਦੀਆਂ। ਜੀ ਸੋਨੀ ਸਾਹਿਬ, ਪਰ ਗੱਲ ਉਹੀ ਆ ਜਾਂਦੀ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਗੱਲ ਤਾਂ ਸਿਰਫ ਕੁਰਸੀ ਦੀ ਆ, ਉਹ ਪਹਿਲਾਂ ਹੀ ਸੋਚ ਰਹੇ ਨੇ ਵੀ ਜੇ ਇਕੱਠੇ ਹੋ ਗਏ ਅਸੀਂ ਜਿੱਤ ਵੀ ਜਾਣਾ, ਜਿੱਤ ਗਏ ਤਾਂ ਫਿਰ ਮੁੱਖ ਮੰਤਰੀ ਕੌਣ ਬਣੂਗਾ। ਮੁੱਖ ਮੰਤਰੀ ਇੱਕ ਦੂਜੇ ਨੂੰ ਬਰਦਾਸ਼ਤ ਨਹੀਂ ਕਰਦੇ, ਸੋ ਇਸ ਲਈ ਅਲੱਗ ਅਲੱਗ ਰਹਿਣਾ ਉਹ ਪਸੰਦ ਕਰਦੇ। ਜੀ, ਸੋ ਇਸ ਸਾਰੇ ਮਾਹੌਲ ਦੇ ਵਿੱਚ ਜਿਹੜੀ ਹੈ ਉਹ ਜਿਹੜੀਆਂ ਮੇਨ ਪੋਲੀਟੀਕਲ ਪਾਰਟੀਜ਼ ਨੇ ਉਹਨਾਂ ਨੂੰ ਐਡਵਾਂਟੇਜ ਮਿਲਦਾ, ਸਟੇਟਸ ਕੋ ਉਸ ਤਰ੍ਹਾਂ ਬਣ ਜਾਂਦਾ, ਔਰ ਲੋਕਾਂ ਦੇ ਵਿੱਚ ਇੱਕ ਜਿਹੜੀ ਹੈ ਪੋਲੀਟੀਕਲ ਨਿਰਾਸ਼ਤਾ ਜ਼ਰੂਰ ਪੈਦਾ ਹੁੰਦੀ ਹੈ। ਇਹਦੇ ਵਿੱਚ ਖਤਰਾ ਇਹ ਹੁੰਦੀ ਹੈ ਕਿ ਗੈਰ ਜਮਹੂਰੀ ਤਾਕਤਾਂ ਨੂੰ ਇੱਕ ਜਿਹੜੀ ਹੈਗੀ ਆ ਥੋੜ੍ਹਾ ਜਿਹਾ ਬਲ ਮਿਲਦਾ। ਜਿਸ ਤਰ੍ਹਾਂ ਸਾਡੇ ਵੀਰ ਨੇ ਗੱਲ ਕੀਤੀ ਹੈ, ਉਹਨਾਂ ਨੇ ਗੱਲ ਕੀਤੀ ਕਿ ਜੀ ਇੱਕ ਸੀਕਰੇਟ ਰਿਪੋਰਟ ਹੈ, ਉਹਦੇ 'ਚ 90% ਲੋਕੀ ਹਿੰਦੁਸਤਾਨ ਨਾਲੋਂ ਅਲੱਗ ਹੋਣਾ ਚਾਹੁੰਦੇ ਨੇ। ਉਹ ਫਿਰ ਉਹ ਸੀਕਰੇਟ ਰਿਪੋਰਟ ਕਿਹੜੀ ਹੋਈ ਜਿਹਦੇ 'ਚ ਬਈ ਪਹਿਲਾਂ ਆਮ ਹੀ ਆਪਾਂ ਨੂੰ ਬਾਹਰ ਤੁਰੀ ਫਿਰਦੀ ਨਜ਼ਰ ਆ ਰਹੀ ਹੈ। ਸੋ ਜਿਹੜੇ ਲੋਕ ਨੇ ਉਹ ਉਸ ਤਰ੍ਹਾਂ ਦੀ ਰਿਸਪੋਂਸ ਨਹੀਂ ਹੈ ਕੋਈ ਇਹੋ ਜਿਹਾ ਫਿਲਹਾਲ। ਪੰਡਿਤ ਸਾਹਿਬ, ਗੱਲ ਤਾਂ ਇੱਥੇ ਹੀ ਆ ਗਈ ਨਾ, ਸਿੱਖ ਵੋਟਰ ਤਾਂ ਪੰਜਾਬ ਦੇ ਵਿੱਚ ਰਿਹਾ ਹੀ ਨਹੀਂ, ਉਹ ਤਾਂ ਆਪਣਾ ਵੈਸੇ ਹੀ ਕੂਚ ਕਰ ਗਿਆ ਵਿਦੇਸ਼ਾਂ ਦੇ ਵੱਲ। ਤਾਂ ਅੱਜ ਜਿਹੜੀ ਮੈਂ ਤੁਹਾਨੂੰ ਰਿਪੋਰਟ ਦੱਸ ਰਿਹਾ ਸੀਗਾ ਉਹ ਵੀ ਸਾਹਮਣੇ ਆਈ ਸੀਗੀ ਕਿ ਹੁਣ ਤਾਂ ਪੰਜਾਬ ਦੇ ਵਿੱਚ ਅਗਰ ਕਈ ਹਲਕਿਆਂ ਦੀ ਗੱਲ ਕਰ ਲਈਏ, ਜਿਨ੍ਹਾਂ ਵਿੱਚ ਸੰਗਰੂਰ ਡਿਸਟ੍ਰਿਕਟ ਦੀ ਵੀ ਅਸੀਂ ਗੱਲ ਕਰ ਲਈਏ, ਹੋਰ ਕਈ ਸਾਰੇ ਹਲਕੇ ਨੇ ਜਿੱਥੇ ਹਿੰਦੂ ਵੋਟਰਸ ਜਿਹੜੇ ਨੇ, ਸਾਡੇ ਭਰਾ ਜਿਹੜੇ ਨੇ, ਉਹ ਸਰਕਾਰ ਬਣਾ ਸਕਦੇ ਹਨ ਔਰ ਸਰਕਾਰ ਗਿਰਾ ਸਕਦੇ ਹਨ। ਉਹਨਾਂ ਦਾ ਅੱਜ ਵੀ ਜਿਹੜਾ ਹੈਗਾ ਵੋਟ ਦਾ ਜਿਹੜਾ ਮਾਰਜਨ ਹੈਗਾ ਉਹ ਕਾਇਮ ਹੈਗਾ। ਸੋ ਇਹ ਆਉਣ ਵਾਲੇ 2022 ਦੀ ਚੋਣਾਂ ਖੈਰ ਤੈਅ ਕਰਨਗੀਆਂ, ਪਰ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਦਾ ਝੁਕਾਵ ਬੀਜੇਪੀ ਦੇ ਵੱਲ ਜ਼ਿਆਦਾ। ਸੋ ਖੈਰ, ਸੋਨੀ ਸਾਹਿਬ ਸਾਡੇ ਨਾਲ ਹੀ ਬੈਠੇ ਨੇ, ਅਤੇ ਐਂਡ ਆਫ ਦਾ ਡੇ ਸਰਕਾਰ ਅਗਰ ਬਣਦੀ ਹੈ ਲੇਕਿਨ ਪੰਜਾਬ ਦੇ ਮਸਲੇ ਕੀ ਹਨ, ਉਹਨਾਂ ਨੂੰ ਜੋ ਸੁਲਝਾਉਂਦਾ ਜਾਂ ਫਿਰ ਪੰਜਾਬ ਨੂੰ ਮੁੜ ਤੋਂ ਸੋਨੇ ਦੀ ਚਿੜੀਆ ਬਣਾਉਂਦਾ, ਸਾਡੇ ਲਈ ਤਾਂ ਉਹ ਸਰਕਾਰ ਵਧੀਆ ਹੋਵੇਗੀ। ਦੂਜੀ ਗੱਲ ਮੈਂ ਪੁੱਛਣਾ ਚਾਹੁੰਦਾ ਸੋਨੀ ਸਾਹਿਬ, ਕੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਤੁਹਾਡੀ ਗੱਲ ਚੱਲ ਰਹੀ ਹੈ ਕਿ ਉਹ ਉਹਨਾਂ ਦਾ ਸੌਫਟ ਕਾਰਨਰ ਬੀਜੇਪੀ ਦੇ ਵੱਲ ਹੋ ਰਿਹਾ ਅੱਜ ਹੀ ਕੋਈ ਗੱਲ? ਮੈਂ ਸ਼ੁਰੂ ਕਰਾਂਗਾ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਪੰਜਾਬ ਦੇ ਮਸਲਿਆਂ ਸੀ, ਅਸੀਂ ਬੰਦਿਆਂ ਦੇ ਉੱਤੇ ਪਾਰਟੀ ਕਿਹੜੀ ਹੈ, ਅਸੀਂ ਸਿੰਸ ਪਾਰਟੀਸ਼ਨ ਜਾਂ ਪੰਜਾਬ ਦੇ ਉੱਤੇ ਰਾਜ ਕੀਤਾ ਹੈ ਅਕਾਲੀ ਪਾਰਟੀ ਨੇ ਜਾਂ ਕਾਂਗਰਸ ਨੇ, ਸਿੱਖਾਂ ਦਾ ਰਾਜ ਰਿਹਾ। ਹੁਣ ਆਪਾਂ ਗੱਲ ਕਰਦੇ ਹਾਂ ਕਿ ਹਿੰਦੂ ਵੋਟ ਜ਼ਿਆਦਾ ਹੋ ਗਈ ਹੈ ਕਿਉਂਕਿ ਸਿੱਖ ਮੁੰਡੇ ਜਿਹੜੇ ਹਨ, ਸਿੱਖ ਬੱਚੇ ਸਾਰੇ ਬਾਹਰ ਆ ਗਏ, ਪਰ ਉਹਨਾਂ ਦੇ ਦਿਲ ਪਿੱਛੇ ਉੱਥੇ ਐਜੂਕੇਸ਼ਨ ਦਾ ਮਾਮਲਾ ਹੈ, ਉੱਥੇ ਅਨਇੰਪਲੋਇਮੈਂਟ ਦਾ ਮਾਮਲਾ ਹੈ, ਉੱਥੇ ਡਰੱਗਸ ਦਾ ਪ੍ਰੋਬਲਮ ਹੈ, ਯੂਥ ਦੀ ਪ੍ਰੋਬਲਮ ਹੈ, ਫਾਰਮਰਸ ਦੀ ਪ੍ਰੋਬਲਮ ਹੈ, ਅਜੇ ਤੱਕ ਪਾਰਟੀਸ਼ਨ ਤੋਂ ਬਾਅਦ ਸਿੱਖਾਂ ਨੇ ਰਾਜ ਕੀਤਾ, ਬੀਜੇਪੀ ਦਾ ਸਿੱਖ ਚਿਹਰਾ ਕੌਣ ਹੋਊਗਾ? ਬੀਜੇਪੀ ਦਾ ਸਿੱਖ ਚਿਹਰਾ ਜਿਹੜਾ ਹੁਣ, ਇਹ ਤੇ ਅਜੇ ਤੇ ਮੈਂ ਤੁਹਾਨੂੰ ਪਹਿਲਾਂ ਵੀ ਜਵਾਬ ਦਿੱਤਾ, ਅਜੇ ਸਾਨੂੰ ਅਗਲੇ ਸਾਲ ਤੱਕ ਵੇਟ ਕਰਨਾ ਪੈਣਾ। ਕਈ ਸਿੱਖ ਚਿਹਰੇ, ਇਹ ਗੱਲ ਨਹੀਂ ਸਾਡੇ ਕੋਲ ਚਿਹਰਿਆਂ ਦੀ ਕਮੀ ਹੈ, ਪਰ ਸਾਨੂੰ ਅਗਲੇ ਸਾਲ ਤੱਕ ਵੇਟ ਕਰਨਾ ਪੈਣਾ, ਸਿੰਸ ਇਹ ਜਿਹੜੀਆਂ ਬਣਤਰ ਉੱਥੇ ਬਣ ਰਹੀਆਂ ਨੇ, ਇਹ ਸਾਨੂੰ ਦੇਖਣਾ ਪੈਂਦਾ ਕਿ ਕੌਣ ਅੱਗੇ ਆਉਂਦਾ ਹੈ। ਨਵਜੋਤ ਸਿੰਘ ਸਿੱਧੂ ਹੋਰਾਂ ਦਾ ਮੈਂ ਸਵਾਲ ਪੁੱਛਿਆ, ਤੁਸੀਂ ਸਵਾਲ ਨੂੰ ਜਾਂ ਤਾਂ ਅਵਾਇਡ ਕਰਕੇ ਜਾਂ ਫਿਰ ਵਿੱਚ ਕੁਝ ਚੱਲ ਰਿਹਾ ਅੰਦਰ ਖਾਤੇ ਦੱਸਣਾ ਨਹੀਂ ਚਾਹੁੰਦੇ। ਕਿਹੜੀ ਚੀਜ਼? ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਲੈ ਕੇ। ਹਾਂਜੀ, ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਲੈ ਕੇ ਜਿਹੜਾ ਮੈਂ ਸਵਾਲ, ਨਵਜੋਤ ਸਿੰਘ ਸਿੱਧੂ ਦਾ ਦੇਖੋ, ਚਲੋ ਮੈਂ ਇਹਦਾ ਇਹਦਾ ਇਸ ਸਵਾਲ ਦਾ ਜਵਾਬ ਲਾਊਂਗਾ, ਮੈਨੂੰ ਇੱਕ ਕਮਰਸ਼ੀਅਲ ਬ੍ਰੇਕ ਦੇ ਉੱਤੇ ਜਾਣਾ ਪੈ ਰਿਹਾ, ਐਮਰਜੈਂਸੀ, ਜਦ ਮੈਂ ਬ੍ਰੇਕ ਤੋਂ ਬਾਅਦ ਆਵਾਂਗਾ ਇਸ ਇਸ ਅਹਿਮ ਸਵਾਲ ਦਾ ਮੈਂ ਜਵਾਬ ਜ਼ਰੂਰ ਸੋਨੀ ਸਾਹਿਬ ਤੋਂ ਲਵਾਂਗਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ, ਲੈ ਕੇ ਚੱਲਦੇ ਹਾਂ ਸਿੱਧਾ ਆਪਣੇ ਗੈਸਟ ਦੇ ਕੋਲ। ਕਵਲਜੀਤ ਸਿੰਘ ਸੋਨੀ ਸਾਡੇ ਨਾਲ ਮੌਜੂਦ ਨੇ, ਨਵਜੋਤ ਸਿੰਘ ਸਿੱਧੂ ਹੋਰਾਂ ਦਾ ਸਵਾਲ ਪੁੱਛਿਆ ਸੀਗਾ। ਸੋਨੀ ਸਾਹਿਬ, ਮੈਂ ਸਮਾਂ ਮੇਰੇ ਕੋਲ ਨਹੀਂ ਹੈਗਾ, ਮੈਂ ਚਾਹਾਂਗਾ ਤੁਸੀਂ ਸਮਰਾਈਜ਼ ਕਰੋ ਇਸ ਸਵਾਲ ਨੂੰ। ਮੈਂ ਉਸੇ ਮੁੱਦੇ ਆ ਰਿਹਾ ਸੀ, ਸਿੱਧੂ ਸਾਹਿਬ 'ਤੇ ਆ ਰਿਹਾ ਸੀ, ਜਿਹੜਾ ਟਾਈਮ ਹੋ ਗਿਆ
ਸਿੱਧੂ ਸਾਹਿਬ ਬੀਜੇਪੀ ਨੇ ਨਹੀਂ ਕੱਢਿਆ। ਸਿੱਧੂ ਸਾਹਿਬ ਬੜੇ ਇੱਜ਼ਤ ਦੇ ਨਾਲ ਬੀਜੇਪੀ ਦੇ ਵਿੱਚ ਹੈ ਸਨ, ਬੜੀ ਇੱਜ਼ਤ ਮਾਨ ਸੀ ਉਹਨਾਂ ਨੂੰ, ਔਰ ਰਾਜ ਸਭਾ ਦੇ ਉਹਨਾਂ ਨੂੰ ਮੈਂਬਰ ਦਿੱਤਾ ਟਿਲ ਦਾ ਕਿ ਅੱਗੇ ਜਿਹੜੀ ਚੀਜ਼ ਹੁੰਦੀ ਹੈ ਇਸ ਤਰ੍ਹਾਂ ਹੀ ਮਿਲਦੇ ਆ ਪੁਜੀਸ਼ਨਸ। ਇਹ ਕਹਿੰਦੇ ਆ ਕਿ ਸਾਨੂੰ ਗੁਲਦਸਤੇ ਵਾਂਗੂ ਸਜਾ ਕੇ ਰੱਖਿਆ ਰਾਜ ਸਭਾ ਵਿੱਚ, ਮੈਨੂੰ ਇਹ ਨਹੀਂ ਚਾਹੀਦਾ। ਅਤੇ ਕਾਂਗਰਸ ਵਿੱਚ ਚਲੇ ਗਏ, ਕਾਂਗਰਸ ਵਿੱਚ ਜਿਹੜੇ ਗਏ ਤੇ ਇਹਨਾਂ ਨੂੰ ਮਿਨਿਸਟਰੀ ਨੇ ਦਿੱਤਾ ਵੀ ਤੁਸੀਂ ਇਲੈਕਟ੍ਰੀਸਿਟੀ ਡਿਪਾਰਟਮੈਂਟ, ਐਨਰਜੀ ਦਾ ਡਿਪਾਰਟਮੈਂਟ ਸੰਭਾਲੋ, ਬੜਾ ਜ਼ਰੂਰੀ ਮਹਿਕਮਾ, ਉਹਦੇ 'ਚ ਕਈ ਸੁਧਾਰ ਕਰਦੇ ਆ। ਹੁਣ ਇੱਦਾਂ ਤਾਂ ਨਹੀਂ ਨਾ ਕਹੀਦਾ ਹੁੰਦਾ ਕਿ ਮੈਨੂੰ ਆਪਣੀ ਮਰਜ਼ੀ ਦਾ ਮਹਿਕਮਾ ਦਿਓ, ਮੈਂ ਚੀਫ ਮਿਨਿਸਟਰ ਹੀ ਬਣਨਾ। ਇਸ ਤਰ੍ਹਾਂ ਤਾਂ ਇਹਨਾਂ ਪਾਰਟੀ ਨਾਲ ਤਾਂ ਮਿਲ ਜੁਲ ਕੇ ਕੰਮ ਚੱਲਣਾ ਪੈਣਾ। ਉਹ ਉਹਨਾਂ ਨੂੰ ਲੈ ਕੇ ਇੱਕ ਪਾਸੇ ਰੁਸ ਕੇ ਹੋ ਕੇ ਬਹਿ ਗਏ। ਸੋ ਆਈ ਥਿੰਕ ਉਹਨਾਂ ਨੂੰ ਥੋੜ੍ਹਾ ਐਡਜਸਟਮੈਂਟ ਕਰਨ ਦੀ ਆਦਤ ਪਾਉਣੀ ਪੈਣੀ। ਬਾਕੀ ਬੀਜੇਪੀ ਦੇ ਨਾਲ ਜਾਣਗੇ ਜਾਂ ਕਾਂਗਰਸ ਵਿੱਚ ਰਹਿਣਗੇ ਜਾਂ ਆਪਣੀ ਵੱਖਰੀ ਪਾਰਟੀ ਹੈ, ਇਹ ਉਹਨਾਂ ਨੂੰ ਪਤਾ। ਪਰ ਮੌਜੂਦਾ ਹਾਲਤ, ਅਸੀਂ ਉਹਨਾਂ ਨੂੰ ਖਾਲੀ ਦੇਖਿਆ ਕਪਿਲ ਦੇ ਸ਼ਰਮਾ ਦੇ ਉਹ ਸ਼ੋਅ ਦੇ ਉੱਤੇ। ਹੀ ਇਜ਼ ਅ ਗੁੱਡ ਐਂਟਰਟੇਨਰ, ਹੀ ਇਜ਼ ਅ ਗੁੱਡ ਟਾਕਰ, ਐਂਡ ਦੇਰ ਇਜ਼ ਇਨ ਦਾ ਪੋਲੀਟਿਕਸ ਇਟਸ ਵੈਰੀ ਇੰਪੋਰਟੈਂਟ ਕਿ ਯੂ ਹੈਵ ਟੂ ਕਮਿਊਨੀਕੇਟ ਪ੍ਰੋਪਰਲੀ। ਸੋ ਆਈ ਥਿੰਕ ਇਹਨਾਂ ਨੂੰ ਆਪਣਾ ਥੋੜ੍ਹਾ ਜਿਹਾ ਤਰੀਕਾ ਬਦਲਣਾ ਚਾਹੀਦਾ। ਜਿਹੜੀ ਵੀ ਜ਼ਿੰਮੇਵਾਰੀ ਵੇਲੇ ਸੇਵਾ ਤਾਂ ਸੇਵਾ ਹੈ, ਭਾਵੇਂ ਲੰਗਰ ਦੀ ਸੇਵਾ ਹੈ ਜਾਂ ਚੇਅਰਮੈਨਸ਼ਿਪ ਦੀ ਸੇਵਾ ਹੈ, ਭਾਵੇਂ ਅਕਾਊਂਟੈਂਟ ਦੀ ਸੇਵਾ ਹੈ, ਸੇਵਾ ਤਾਂ ਪੰਜਾਬ ਦੀ ਕਰਨੀ ਸੀ ਨਾ। ਠੀਕ ਹੈ, ਠੀਕ ਹੈ, ਚਲੋ ਠੀਕ ਹੈ। ਤੇ ਅਗਰ ਜੇ ਸਿੱਧੂ ਸਾਹਿਬ ਆਉਂਦੇ ਤੁਸੀਂ ਐਕਸੈਪਟ ਕਰੋਗੇ? ਨਹੀਂ, ਬੀਜੇਪੀ ਦੇ ਉਹਨਾਂ ਨੂੰ ਆਉਣ ਜੀ ਆਇਆਂ ਨੂੰ, ਪਰ ਇਹ ਤੇ ਉਹਨਾਂ ਨੂੰ ਡਿਸਾਈਡ ਕਰਦਾ ਕਿ ਕਦ ਆਉਣਾ, ਕੀ ਕਰਨਾ ਚਾਹੁੰਦੇ ਆ। ਉਹਨਾਂ ਨੂੰ ਪਹਿਲਾਂ ਤੇ ਇਹੀ ਨਹੀਂ ਪਤਾ ਕਿ ਉਹ ਕਿੱਥੇ ਸਟੈਂਡ ਕਰਦੇ ਆ। ਹੁਣ ਇਧਰੋਂ ਗੱਲ ਕਰ ਦਿੱਤੀ, ਉਧਰੋਂ ਗਾ ਕਿ ਨਾ ਸਾਨੂੰ ਪਤਾ ਨਾ ਉਹਨੂੰ ਪਤਾ। ਸੋ ਆਈ ਥਿੰਕ ਜਦ ਤੱਕ ਕੋਈ ਕਿਸੇ ਪਾਸੋਂ ਇਸ਼ਾਰਾ ਨਾ ਮਿਲੇ, ਅਸੀਂ ਨਹੀਂ ਕਹਿ ਸਕਦੇ ਕੁਝ। ਠੀਕ ਹੈ, ਇਸ਼ਾਰਾ ਤੁਹਾਨੂੰ ਚਾਹੀਦਾ। ਠੀਕ ਹੈ ਪੰਡੇਰ ਸਾਹਿਬ, ਠੀਕ ਹੈ ਪੰਡੇਰ ਸਾਹਿਬ, ਮੈਂ ਚਾਹਾਂਗਾ ਕਿ ਤੁਸੀਂ ਆਪਣੀ ਗੱਲ ਨੂੰ ਇੱਥੇ ਖਤਮ ਜ਼ਰੂਰ ਕਰੋ, ਸਾਡੇ ਦਰਸ਼ਕਾਂ ਨੂੰ ਸਮਰਾਈਜ਼ ਕਰਕੇ ਪੰਜਾਬ ਦੇ ਹਾਲਾਤਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ 2022 ਦੀ ਚੋਣ ਹੈ ਉਹਨਾਂ ਦੇ ਕੀ ਹਾਲਾਤ ਹੋ ਸਕਦੇ ਨੇ, ਉਹ ਜ਼ਰੂਰ ਤੁਸੀਂ ਚਾਨਣਾ ਪਾਓ। ਅਲਵੜੇ ਸਾਹਿਬ, ਤੁਸੀਂ ਪਹਿਲੇ ਜਿਹੜਾ ਅਸੀਂ ਪੜਾਅ ਉਹਦੇ ਵਿੱਚ ਗੱਲ ਕੀਤੀ ਸੀ ਕਿ ਡਾਇਸਪੋਰਾ ਵੱਲੋਂ ਆਪਾਂ ਗੱਲ ਕਰੀਏ, ਮੈਂ ਡਾਇਸਪੋਰਾ ਦੇ ਸਾਹਮਣੇ ਇਹ ਸਵਾਲ ਰੱਖਦਾ ਕਿ ਅਗਰ ਜੇ ਨਵਜੋਤ ਸਿੱਧੂ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਸੀ, ਅਗਰ ਨਵਜੋਤ ਸਿੱਧੂ ਵਾਪਸ ਬੀਜੇਪੀ ਚਲੇ ਜਾਂਦੇ, ਜਿਸ ਤਰ੍ਹਾਂ ਦਾ ਸਪੋਰਟ ਬੇਸ ਨਵਜੋਤ ਸਿੱਧੂ ਨੂੰ ਇਸ ਵੇਲੇ ਹੈ, ਕੀ ਡਾਇਸਪੋਰਾ ਨਵਜੋਤ ਸਿੱਧੂ ਨੂੰ ਸਪੋਰਟ ਕਰੇਗਾ ਔਰ ਬੀਜੇਪੀ ਨੂੰ ਸਰਕਾਰ ਬਣਾਉਣ ਦੇ ਵਿੱਚ ਮਦਦ ਕਰੇਗਾ? ਇਹ ਡਾਇਸਪੋਰਾ ਨੇ ਵੀ ਫੈਸਲਾ ਕਰਨਾ, ਬਿਕੋਜ਼ ਡਾਇਸਪੋਰਾ ਵੱਲੋਂ ਜਿਹੜੇ ਟੈਲੀਫੋਨ ਕਾਲਜ ਆਉਂਦੇ ਨੇ, ਪਿਛਲੀ ਵਾਰੀ ਅਗਰ ਆਮ ਆਦਮੀ ਪਾਰਟੀ ਨੂੰ 25% ਵੋਟ ਇਕੱਠੀ ਹੁੰਦੀ ਆ, ਉਹਦੇ ਵਿੱਚ ਡਾਇਸਪੋਰਾ ਦਾ ਬਹੁਤ ਵੱਡਾ ਹੱਥ। ਸੋ ਕੀ ਡਾਇਸਪੋਰਾ ਉਹ ਸਪੋਰਟ ਕਰੇਗਾ ਕਿ ਨਹੀਂ ਕਰੇਗਾ? ਦੂਸਰੀ ਗੱਲ, ਤੁਸੀਂ ਕਹਿੰਦੇ ਸੀ ਬਹੁਤ ਸਾਰੇ ਪਾਸਿਆਂ ਦੇ ਵਿੱਚ, ਜਿਹੜੀ ਮੈਂ ਪਹਿਲਾਂ ਗੱਲ ਕਰਨਾ ਸੀ, ਜਿਹੜਾ ਫਿਰਕੂ ਹਿਸਾਬ ਕਿਤਾਬ ਆ ਪੰਜਾਬ ਦਾ, ਜਿਹੜਾ ਤੁਸੀਂ ਕਹਿੰਦੇ ਸੀ ਸਾਰੀ ਦੀ ਸਾਰੀ, ਉਹਦੇ 'ਚ ਇਹ ਹੈ ਕਿ ਬੀਜੇਪੀ ਦੀ ਵੋਟ ਟਰਾਂਸਫਰ ਨਹੀਂ ਹੁੰਦੀ ਆ ਅਕਾਲੀ ਦਲ ਨੂੰ, ਅਕਾਲੀ ਦਲ ਦੀ ਵੋਟ ਟਰਾਂਸਫਰ ਹੁੰਦੀ ਆ ਹਮੇਸ਼ਾ। ਜਿਹੜੀਆਂ 23 ਸੀਟਾਂ ਦੇ ਉੱਤੇ ਅਗਰ ਬੀਜੇਪੀ ਖੜੀ ਹੁੰਦੀ ਆ, ਉਹਦੇ ਅਗਰ 17 ਜਿਹੜੇ ਹੈਗੇ ਆ, ਕਈ ਵਾਰੀ 17 MLA ਬਣਦੇ ਰਹੇ, ਉਹ ਤਾਂ ਬਣੇ ਨੇ ਕਿ ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੀ ਸਪੋਰਟ ਦੀ ਅਗਵਾਈ ਦੇ ਵਿੱਚ ਆ, ਜੇ ਉਹਨਾਂ ਨੇ ਵੋਟਾਂ ਪਾਈਆਂ ਤਾਂ ਉਹਨਾਂ ਦੇ ਬਣੇ ਨੇ, ਨਹੀਂ ਬਣੇ। ਸੋਨੀ ਸਾਹਿਬ ਨੇ ਗੱਲ ਕੀਤੀ ਕਿ ਆਦਮੀ ਟੀਵੀ ਤੋਂ ਬਿਨਾਂ ਪੰਜਾਬ ਦੇ ਵਿੱਚ ਅਕਾਲੀ ਦਲ ਨਹੀਂ ਰਿਹਾ, ਉਹੀ ਹਾਲ ਬੀਜੇਪੀ ਦਾ ਵੀ ਹੈ। ਬੀਜੇਪੀ ਨੂੰ ਵੀ ਗੁਰਦਾਸਪੁਰ ਦੀ ਸੀਟ ਵਾਸਤੇ ਸਨੀ ਦਿਓਲ ਇੱਕ ਬਾਹਰੋਂ ਲੈ ਕੇ ਆਉਣਾ ਪਿਆ ਔਰ ਬੀਜੇਪੀ ਦਾ ਇਸ ਲਈ ਸਿਰਫ ਇੱਕੋ ਹੀ ਉੱਥੋਂ ਸੀਟ ਜਿੱਤ ਪਾਈ ਹੈ। ਸੋ ਦੋਨਾਂ ਦੀ ਜਿਹੜੀ ਅਲਾਇੰਸ ਪਾਰਟਨਰ, ਜਿਹੜਾ ਜੇ ਅਸੀਂ ਗੱਲ ਕਰੀਏ, ਅਲਾਇੰਸ ਜਿਹੜਾ ਹੈਗਾ ਅਕਾਲੀ ਦਲ ਦਾ ਬੀਜੇਪੀ ਦਾ, ਜਿਹੜਾ ਉਹ ਫਿਲਹਾਲ ਬੀਜੇਪੀ ਦੇ ਕੋਲੇ ਸੀਟਾਂ ਬੇਸ਼ੱਕ ਹੋਰ ਮੰਗ ਸਕਦੇ ਨੇ, ਵੀ ਜੇ ਤੁਸੀਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਵੀ ਉਹ 90 ਸੀਟਾਂ ਲੈ ਜਾਣਗੇ, 47 ਸੀਟਾਂ ਛੱਡ ਦੇਣਗੇ, ਇਹ ਮੁਸ਼ਕਿਲ ਹੋ ਜਾਣਾ ਜੀ, ਕਿਉਂਕਿ ਬੀਜੇਪੀ ਦੀ ਜਿਹੜੀ ਮਜਬੂਰੀ ਉਹ ਇਹ ਆ ਕਿ ਬੀਜੇਪੀ ਨੂੰ ਇੱਕ ਕਮਿਊਨਲ ਪਾਰਟੀ ਦਾ ਇੱਕ ਟੈਗ ਲੱਗਿਆ ਹੋਇਆ ਜੀ, ਔਰ ਐਂਟੀ ਮਾਈਨੋਰਿਟੀ ਬਣਦੀ ਹੈ। ਇੱਕ ਮਿੰਟ ਜੀ, ਮੈਂ ਉਹ ਗੱਲ ਕਰਨਾ, ਐਂਟੀ ਮੁਸਲਿਮ ਉਹਦੇ ਤੇ ਟੈਗ ਲੱਗਦਾ, ਅਗਰ ਬੀਜੇਪੀ ਅਕਾਲੀ ਦਲ ਦੇ ਨਾਲ ਤੋੜ ਵਿਛੋੜਾ ਹੁੰਦਾ ਜਾਂ ਕਿਸੇ ਕੋਈ ਇਹੋ ਜਿਹਾ ਕੋਈ ਬਣਦਾ, ਫਿਰ ਐਂਟੀ ਮਾਈਨੋਰਿਟੀ ਆਉਂਦਾ, ਔਰ ਐਂਟੀ ਮਾਈਨੋਰਿਟੀ ਦਾ ਟੈਗ ਲੈ ਕੇ ਗਲੋਬਲ ਕਮਿਊਨਿਟੀ ਚ ਖੜੇ ਹੋਣਾ ਬੀਜੇਪੀ ਵਾਸਤੇ ਬਹੁਤ ਮੁਸ਼ਕਿਲ ਹੋ ਜਾਏਗਾ। ਬੀਜੇਪੀ ਆਪਣੀ ਇਸ ਇਮੇਜ ਨੂੰ ਸੁਧਾਰਨ ਵਾਸਤੇ ਸਿੱਖ ਫੇਸ ਜਿਹੜਾ ਹੈਗਾ ਉਹ ਸਾਹਮਣੇ ਰੱਖਣਾ ਚਾਹੁੰਦੀ ਹੈ। ਫਿਲਹਾਲ ਬੀਜੇਪੀ ਦੇ ਕੋਲ ਸਿੱਖ ਫੇਸ ਤਾਂ ਛੱਡੋ, ਮੈਂ ਇਹ ਗੱਲ ਕਰਦਾ ਆਲੂਵਾਲੀਆ ਸਾਹਿਬ ਮੇਰੇ ਨਾਲ ਪੰਜਾਬ ਦੇ ਪਿੰਡਾਂ 'ਚ ਚੱਲੋ, ਜਿਹੜੇ ਮੌਜੂਦਾ ਪ੍ਰਧਾਨ ਨੇ ਬੀਜੇਪੀ ਦੇ ਪੰਜਾਬ ਦੇ, ਉਹਨਾਂ ਦਾ ਨਾਂ ਹੀ ਪੁੱਛ ਲਓ ਵੀ ਕੌਣ ਨੇ, ਉਹਨਾਂ ਨੂੰ ਉਹ ਵੀ ਨਹੀਂ ਪਤਾ।
ਮੈਂ ਤਾਂ ਇਹ ਵੀ ਕਹਿੰਦਾ ਪੰਜਾਬ ਦੇ ਪਿੰਡਾਂ ਦੇ ਵਿੱਚ ਸ਼ਾਇਦ ਨੈਸ਼ਨਲ ਪ੍ਰੈਜ਼ੀਡੈਂਟ ਦਾ ਨਾਮ ਵੀ ਨਾ ਪਤਾ ਹੋਵੇ। ਠੀਕ ਹੈ। ਸੋ ਜਿਹੜੀ ਬੀਜੇਪੀ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਸਰਕਾਰ ਬਣਾਉਣਾ ਚਾਹੁੰਦੀ ਆ, ਉਹਦੀ ਜਿਹੜੀ ਹੋਂਦ ਹੈ ਹਾਲੇ ਇਸ ਵੇਲੇ, ਹਾਲੇ ਤਾਂ ਉਹ ਹੋਂਦ ਦੀ ਜਿਹੜੀ ਹੈਗੀ ਆ ਨੀਂਹ ਪੱਥਰ ਹੀ ਰੱਖਿਆ ਗਿਆ ਤੇ ਸਰਕਾਰ ਤੇ ਇਮਾਰਤ ਕਿੱਥੇ ਬਣੂਗੀ। ਮਿਹਰਬਾਨੀ ਤੁਹਾਡੀ ਪੰਡੇਰ ਸਾਹਿਬ ਤੁਸੀਂ ਸਾਡੇ ਨਾਲ ਜੁੜੇ, ਮਿਹਰਬਾਨੀ ਸੋਨੀ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਇਸ ਅਹਿਮ ਵਿਸ਼ੇ ਦੇ ਉੱਤੇ ਤੁਸੀਂ ਚਾਨਣਾ ਪਾਇਆ ਆਪਣੇ ਕਮੈਂਟ ਦਿੱਤੇ। ਮੈਂ ਦਰਸ਼ਕਾਂ ਨੂੰ ਵੀ ਇਹ ਦਰਖਾਸਤ ਕਰਾਂਗਾ, ਮੈਂ ਜਿਹਨਾਂ ਦੀ ਫੋਨ ਕਾਲਸ ਨਹੀਂ ਚੱਕ ਪਾਇਆ ਉਹਨਾਂ ਤੋਂ ਵੀ ਮਾਫੀ ਚਾਹਾਂਗਾ। ਮੈਨੂੰ ਈਮੇਲ ਰਾਹੀਂ ਆਪਣੇ ਸੁਨੇਹੇ ਭੇਜ ਸਕਦੇ ਹਨ harkirat@jasbroadcasting.com info@jasbroadcasting.com ਦੇ ਉੱਤੇ। ਲਿਆਉਂਦੇ ਰਹਾਂਗੇ ਇਸੇ ਤਰੀਕੇ ਦੇ ਮਸਲੇ, ਕਿਉਂਕਿ ਇਹੀ ਤਾਂ ਹੈ ਅੱਜ ਦਾ ਮੁੱਦਾ। ਧੰਨਵਾਦ, ਸਤਿ ਸ੍ਰੀ ਅਕਾਲ।